वाहिगुरु जी का खालसा, वाहिगुरु जी की फतेह। तकरीबन सारी संगत, खास करके इटली दी सारी संगत तकरीबन जानती है कि पसियन गुरुद्वारा साहब पैंदा है पौर दी नौने दे विच, है ना जी। ते काफ़ी संगत नूं पता है कि 3 हफ्ते तो इत्थे काफ़ी जिहड़ा विवाद जिहड़ा वो चल रहा गुरुद्वारा साहब च, बड़े वधिया सेवा चलदी है। कई बारी जदों कितें ग्रंथी सिंघां ते गल आउंदी है जां कोई ਇਹੋ ਜਿਹੀ ਗੱਲ ਹੋ ਜਾਂਦੀ ਹੈ ਜਿਹਦੇ ਵਿੱਚ ਫਿਰ ਸੰਗਤ ਉੱਠਦੀ ਹੈ ਵੀ ਨਹੀਂ ਵੀ ਇਹ ਗਲਤ ਹੋਣ ਲੱਗਾ, ਹੈ ਨਾ ਜੀ। ਤੇ ਹੋ ਸਕਦਾ ਆਪਾਂ ਕੋਸ਼ਿਸ਼ ਕਰਨ ਲੱਗੇ ਹਾਂ ਕਿ ਚਲੋ ਇਹ ਵਿਵਾਦ ਕੋਈ ਤਰੀਕੇ ਨਾਲ ਖਤਮ ਹੋਣ ਤੇ ਆਵੇ, ਤੇ ਆਪਾਂ ਹੋ ਵੀ ਸਕੀਏ ਵੀ ਪੁੱਛੀਏ ਤੇ ਸਹੀ ਸੰਗਤ ਨੂੰ ਦੱਸੀਏ ਤੇ ਸਹੀ ਗੱਲ ਕੀ ਹੈ ਨਾ, ਵੀ ਗ੍ਰੰਥੀ ਸਿੰਘਾਂ ਦੇ ਨਾਲ ਏਡਾ ਵਿਵਾਦ ਪਿਆ ਕਿਉਂ, ਹੈ ਨਾ ਜੀ। ਤੇ ਕੋਸ਼ਿਸ਼ ਕਰਦੇ ਹਾਂ ਆਪਾਂ ਇੱਥੇ ਦੇ ਹੈੱਡ ਗ੍ਰੰਥੀ ਸਾਹਿਬ ਦੇ ਨਾਲ ਵੀ ਪਹਿਲਾਂ ਗੱਲ ਕਰਦੇ ਹਾਂ, ਪਤਾ ਕਰੀਏ ਵੀ ਗੱਲ ਹੋਈ ਕੀ ਸੀ। ਤੇ ਪਹਿਲਾਂ ਆਪਾਂ ਇੱਥੇ ਦੇ ਮੇਨ ਜਿਹੜੇ ਹੈੱਡ ਗ੍ਰੰਥੀ ਸਾਹਿਬ ਆ ਗੁਰਦੁਆਰਾ ਸਾਹਿਬ ਦੇ, ਤਾਂ ਪਹਿਲਾਂ ਉਹਨਾਂ ਨਾਲ ਆਪਾਂ ਫਤਿਹ ਸਾਂਝ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਾਬਾ ਜੀ ਆਪਾਂ ਬੇਨਤੀ ਹੈ ਜੀ, ਆਪਾਂ ਸਾਰੀ ਸੰਗਤ ਨੇ ਸਾਨੂੰ ਇਹ ਬੜੀ ਦੂਰ ਦੂਰ ਤੱਕ ਵੀਡੀਓ ਜਾਣੀ ਆ, ਤੇ ਆਪਾਂ ਕੋਸ਼ਿਸ਼ ਕਰਨੀ ਆ ਕਿ ਸੰਗਤਾਂ ਨੂੰ ਉਹੀ ਗੱਲ ਕਰਨੀ ਆ ਜਿੰਨੀ ਕਿ ਸਾਨੂੰ ਸਾਡੇ ਨਾਲ ਹੋਈ, ਹੈ ਨਾ ਜੀ। ਤੇ ਪਹਿਲਾਂ ਸਾਨੂੰ ਦੱਸੋ ਜੀ ਤੁਸੀਂ ਇੱਥੇ ਕਿਤੋਂ ਕਿਤੇ ਸੇਵਾ ਕਰਦੇ ਹੋ? ਮੈਂ 2020 ਤੋਂ ਇਸ ਸਥਾਨ ਤੇ ਸੇਵਾ ਕਰ ਰਿਹਾ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ, ਬੜੀ ਚੜ੍ਹਦੀ ਕਲਾ ਦੇ ਨਾਲ। ਤੇ ਜੇ ਪਿਛਲੇ 6-7 ਮਹੀਨਿਆਂ ਤੋਂ ਗਿਆਨੀ ਜੀ ਜਿਹਨੇ ਮੇਰੇ ਨਾਲ ਸੇਵਾ ਨਿਭਾ ਰਿਹਾ, ਬਹੁਤ ਵਧੀਆ ਤਰੀਕੇ ਦੇ ਨਾਲ ਰਲ ਮਿਲ ਕੇ ਜਿਹੜੀ ਸੇਵਾ ਸਾਰੀ ਹੈ ਉਹ ਚੱਲ ਰਹੀ ਸੀਗੀ। ਤੇ ਆ ਪਿਛੇ 2-3 ਹਫ਼ਤੇ ਤੋਂ ਜਿਹੜਾ ਵਿਵਾਦ ਜਿਹੜਾ ਵਾ ਉਹ ਖੜਾ ਹੋਇਆ ਹੋਇਆ। ਨਹੀਂ ਬਾਬਾ ਜੀ, ਆਪਾਂ ਇੱਕ ਬੇਨਤੀ ਕਰਨੀ ਸੀ ਵੀ 3 ਸਾਲ ਤੋਂ ਤੁਸੀਂ ਇੱਥੇ ਸੇਵਾ ਕਰਦੇ ਹੋ ਨਾ, ਤੇ ਤੁਹਾਡੇ ਨਾਲ 3 ਸਾਲ ਦੇ ਵਿੱਚ ਕੋਈ ਇਹੋ ਜਿਹਾ ਕੋਈ ਵਿਵਾਦ ਪਹਿਲਾਂ ਤਾਂ ਨਹੀਂ ਹੋਇਆ ਕੋਈ? ਬਿਲਕੁਲ ਨਹੀਂ ਜੀ, ਬੜੀ ਵਧੀਆ ਤਰੀਕੇ ਦੇ ਨਾਲ ਜਿਹੜਾ ਵਾ ਉਹ ਕਮੇਟੀ ਵੀ ਸੰਯੋਗ ਕਰਦੀ ਰਹੀ ਆ, ਤੇ ਅਸੀਂ ਵੀ ਤਨਦੇ ਦੇ ਨਾਲ ਜਿੰਨੀ ਕਿ ਸਤਿਗੁਰੂ ਜੀ ਸਾਡੇ ਕੋਲ ਸੇਵਾ ਲੈ ਰਹੇ ਆ ਉਸ ਹਿਸਾਬ ਦੇ ਨਾਲ ਅਸੀਂ ਸੇਵਾ ਕਰ ਰਹੇ ਹਾਂ। ਹਾਂਜੀ ਬਾਬਾ ਜੀ, ਆਪਾਂ ਇੱਕ ਬੇਨਤੀ ਹੋਰ ਕਰਦੇ ਸੀ ਤੇ ਤੁਹਾਡਾ ਜਿਹੜਾ ਸਮਾਂ, ਮਤਲਬ ਵੀ ਇਹ ਹੈ ਕਿ ਤੁਹਾਡਾ 3 ਸਾਲ ਸਮਾਂ ਜਿਹੜਾ ਵਧੀਆ ਲੰਘਿਆ। ਮੇਰਾ ਸੰਗਤ ਦੇ ਨਾਲ ਵੀ ਬਹੁਤ ਵਧੀਆ ਸਮਾਂ ਜਿਹੜਾ ਬਤੀਤ ਹੋ ਰਿਹਾ, ਤੇ ਕਮੇਟੀ ਦੇ ਨਾਲ ਵੀ ਹੁਣ ਤੱਕ ਕਿਸੇ ਤਰ੍ਹਾਂ ਦੀ ਵੀ ਕੋਈ ਵੀ ਜਿਹੜੀ ਆ ਮਤਲਬ ਊਚ ਨੀਚ ਨਹੀਂ ਹੋਈ। ਆ 2-3 ਹਫ਼ਤੇ ਤੋਂ ਜਿਹੜਾ ਵਿਵਾਦ ਛੜਿਆ ਆ ਉਹ ਜਿੱਦਾਂ ਹੁਣ ਗਿਆਨੀ ਜੀ ਆਏ ਆ ਉਹ ਤੁਹਾਨੂੰ ਦੱਸਣਗੇ ਵੀ ਉਹ ਕਿਉਂ ਛੜਿਆ ਤੇ ਕੀ ਸਾਰੀ ਹੈ ਜਿਹੜੀ ਇਹ। ਭਾਈ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ, ਪਹਿਲਾਂ ਤਾਂ ਆਪਾਂ ਬੜੀ ਖੁਸ਼ੀ ਸਾਨੂੰ ਕਿ ਇਹ ਅੱਜ ਦੀ ਜੇ ਅਸੀਂ ਨੌਜਵਾਨਾਂ ਦੇ ਵਿੱਚ ਚੱਲੀਏ ਤਾਂ ਨੌਜਵਾਨੀ ਦੇ ਵਿੱਚ ਇਹੋ ਜਿਹੇ ਰੂਪ ਆਪਾਂ ਨੂੰ ਬਹੁਤ ਘੱਟ ਮਿਲਦੇ ਆ, ਕਿਉਂਕਿ ਗ੍ਰੰਥੀ ਸਾਹਿਬ ਵੀ ਇਸ ਨਾਲ ਸਹਿਮਤ ਹੋਣਗੇ ਕਿ ਅੱਜ ਦੇ ਸਮੇਂ ਦੇ ਵਿੱਚ ਕਿੱਥੇ ਗ੍ਰੰਥੀ ਸਿੰਘ ਨੌਜਵਾਨੀ ਆਇਆਂ ਨੂੰ ਆਉਂਦੀ ਆ। ਚਲੋ ਹਰ ਬੰਦਾ ਉੱਪਰਲੇ ਲੈਵਲ ਨੂੰ ਇੱਥੇ ਦਾ ਵਿਗਿਆਨੀ ਬਣਨ ਨੂੰ ਜਾਂ ਡਾਕਟਰ ਬਣਾਉਂਦੇ, ਵਕੀਲ ਬਣਾਉਂਦੇ ਆਪਣੇ ਬੱਚਿਆਂ ਨੂੰ, ਬਿਰਲੀਆਂ ਰੂਹਾਂ ਜਿਹੜੇ ਆ ਅੱਜ ਗ੍ਰੰਥੀ। ਤੁਸੀਂ ਇਹ ਦੱਸਿਓ ਕਿ ਤੁਸੀਂ ਇੱਥੇ ਕਦੋਂ ਆਏ ਤੇ ਕਦੋਂ ਤੋਂ ਤੁਹਾਡਾ ਵਿਵਾਦ ਸ਼ੁਰੂ ਹੋਇਆ? ਮੈਂ ਇੱਥੇ ਫਰਵਰੀ 8 ਨੂੰ ਆਇਆ ਸੀ। ਮੈਨੂੰ ਭਾਈ ਸਤਵਿੰਦਰ ਸਿੰਘ ਜੀ ਸੱਤੀ, ਜੋ ਇੰਟਰਨੈਸ਼ਨਲ ਕਮੇਟੀ ਦੇ ਪ੍ਰਧਾਨ ਨੇ, ਉਹ ਮੈਨੂੰ ਨੋਵੇ ਲਾਰੇ ਤੋਂ, ਸੋਢੀ ਸਾਹਿਬ ਹੋਣਾ ਤੋਂ ਉੱਥੇ ਗੁਰਦੁਆਰਾ ਸਾਹਿਬ ਤੋਂ ਲੈ ਕੇ ਆਏ ਸੀ। ਤੇ ਇਹ ਵਿਵਾਦ ਜਿਹੜਾ ਸੀ ਇਹ ਜੂਨ 20 ਤੋਂ ਸ਼ੁਰੂ ਹੋਇਆ। ਉਹ ਜਦੋਂ ਮੈਨੂੰ ਸੋਢੀ ਸਾਹਿਬ ਹੋਣਾ ਦਾ ਫੋਨ ਆਇਆ ਤੇ ਉਹਨਾਂ ਨੇ ਕਿਹਾ ਕਿ ਸਤਵਿੰਦਰ ਸਿੰਘ ਹੋਣਾ ਦਾ ਸਾਨੂੰ ਫੋਨ ਆਇਆ ਤੇ ਉਹਨਾਂ ਨੇ ਇਹ ਗੱਲ ਆਖੀ ਆ ਕਿ ਸਾਡੀ ਸਿੰਘ ਦੇ ਨਾਲ ਬਣਦੀ ਨਹੀਂ, ਸਾਡੀ ਸਿੰਘ ਦੇ ਨਾਲ ਤਾਲਮੇਲ ਜਿਹੜਾ ਉਹ ਨਹੀਂ ਬਣਿਆ, ਤੇ ਅਸੀਂ ਸਿੰਘ ਨੂੰ ਜਵਾਬ ਦਿੰਦੇ ਹਾਂ ਤੇ ਅਸੀਂ ਆਪਣੇ ਥਰੂ ਨਹੀਂ ਜਵਾਬ ਦੇਣਾ, ਤੁਹਾਡੇ ਕੋਲੋਂ ਲੈ ਕੇ ਆਏ ਹਾਂ, ਤੁਸੀਂ ਆਪ ਹੀ ਸਿੰਘ ਨੂੰ ਜਵਾਬ ਦੇ ਦਿਓ। ਉਦਾਂ ਬਾਬਾ ਜੀ ਆਪਾਂ ਬੇਨਤੀ ਕਰਦੇ ਹਾਂ ਵੀ ਤੁਹਾਨੂੰ ਪਹਿਲਾਂ ਵੀ ਮੈਂ ਦੱਸਿਆ ਕਿ ਕਾਫੀ ਸੰਗਤਾਂ ਨੇ ਇਸ ਦੇ ਉੱਤੇ ਆਪਾਂ ਨੂੰ ਕਮੈਂਟ ਵੀ ਆਉਣੇ, ਹੋ ਸਕਦਾ ਆਪਾਂ ਨੂੰ ਫੋਨ ਵੀ ਆਉਣ। ਇਹ ਦੱਸ ਸਕਦੇ ਹੋ ਕਿ ਤੁਹਾਡੇ ਨਾਲ ਮਤਲਬ ਕਿਹੜੀ ਗੱਲੋਂ ਇਹ ਜਿਹਾ ਵਿਵਾਦ ਸ਼ੁਰੂਆਤ ਕਿੱਥੋਂ ਹੋਈ, ਵੀ ਕੀ ਕਾਰਨ ਹੋਇਆ ਕਿ ਤੁਹਾਡੇ ਤੇ ਜਿੱਦਾਂ ਉਸ ਉਹਨਾਂ ਨੇ ਵੀ ਪਹਿਲਾਂ ਕਮੇਟੀ ਨੇ ਵੀ ਕਿਹਾ ਕਿ ਤੁਸੀਂ ਜਿੱਦਾਂ ਕੋਈ ਸੇਵਾ ਸੀ ਸੁਖਣੀ ਸਾਹਿਬ ਜਾਂ ਕੋਈ ਪਾਠ ਦੀ ਗੱਲ ਚੱਲੀ ਸੀ, ਤੇ ਕੀ ਮਤਲਬ ਇਹ ਕੋਈ ਵਿਵਾਦ ਦੱਸ ਸਕਦੇ ਕਿ ਕੀ ਗੱਲ ਬਣੀ ਇੱਥੇ? ਦੇਖੋ ਜੀ, ਜਿਹੜੀ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੀ ਗੱਲ ਆ, ਜਦੋਂ ਦਾ ਦਾਸ ਇਸ ਅਸਥਾਨ ਦੇ ਸੇਵਾ ਤੇ ਆਇਆ ਹੈ 8 ਤਰੀਕ ਨੂੰ ਫਰਵਰੀ ਦੀ, ਤੇ 13 ਫਰਵਰੀ ਤੋਂ ਨਿਰੰਤਰ ਅੱਜ ਤੱਕ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਨਿਤਾ ਪ੍ਰਤੀ ਬਿਨਾਂ ਨਾਗੇ ਤੋਂ ਹੋ ਰਿਹਾ। ਇਹ ਸ੍ਰੀ ਸੁਖਮਨੀ ਸਾਹਿਬ ਜੀ ਦਾ ਵਿਵਾਦ ਇਸ ਦੇ ਵਿੱਚ ਆਪ ਕ੍ਰੀਏਟ ਕੀਤਾ ਗਿਆ ਹੈ, ਇਹਦੇ ਵਿੱਚ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੀ ਕੋਈ ਗੱਲ ਨਹੀਂ। ਠੀਕ ਹੈ ਜੀ, ਕਿਉਂਕਿ ਇੱਥੇ ਗੱਲ ਹੋਰ ਵੀ ਚੱਲੀ ਸੀ ਜੀ, ਜਿੱਦਾਂ ਵੀ ਸਹਿਜ ਪਾਠ ਦੀ ਗੱਲ ਚੱਲੀ, ਵੀ ਜਿੱਦਾਂ ਇਹ ਤਾਂ ਕੋਈ ਸ਼ੱਕ ਨਹੀਂ ਕਿ ਗ੍ਰੰਥੀ ਸਿੰਘ ਜਿਹੜੇ ਹੁੰਦੇ ਆ ਨਾ, ਜਿੱਦਾਂ ਇਹ ਗੁਰਦੁਆਰਾ ਸਾਹਿਬ ਸੰਗਤ ਬਹੁਤ ਆਉਂਦੀ ਆ, ਤੇ 2 ਗ੍ਰੰਥੀ ਸਿੰਘਾਂ ਕੋਲ ਕਈ ਵਾਰੀ ਟਾਈਮ ਨਹੀਂ ਵੀ ਹੁੰਦਾ, ਉਹਦਾ ਤਾਂ ਆਪਾਂ ਬਹਿ ਕੇ ਵਿਚਾਰ ਕਰ ਵੀ ਸਕਦੇ, ਹੈ ਨਾ ਜੀ। ਜਿਹੜੀ ਦੂਜੀ ਗੱਲ ਹੈ, ਜਿੱਦਣ ਤੁਹਾਨੂੰ ਜਵਾਬ ਦਿੱਤਾ ਤਾਂ ਤੁਸੀਂ ਉਸ ਤੋਂ ਬਾਅਦ ਸੰਗਤ ਦੇ ਰੂਬਰੂ ਹੋਏ ਤੁਸੀਂ, ਹੈ ਨਾ ਜੀ, ਉਸ ਦਿਨ ਦੀ ਗੱਲ ਦੱਸ ਸਕਦੇ ਹੋ ਕੀ ਗੱਲ ਬਣੀ? ਫਿਰ ਉਸ ਦਿਨ ਤੁਸੀਂ ਕਿੱਦਾਂ ਸੰਗਤ ਨੂੰ ਦੱਸਿਆ ਕਿ ਸਾਨੂੰ ਛੁੱਟੀ ਹੈ? ਹਾਂਜੀ, ਪਹਿਲਾਂ ਤਾਂ ਜਦੋਂ ਮੈਨੂੰ 20 ਤਰੀਕ ਨੂੰ ਛੁੱਟੀ ਬਾਰੇ ਫੋਨ ਆਇਆ ਕਿ ਤੁਹਾਡੀ ਸੇਵਾ ਮੁਕਤ ਕਰਨੀ ਆ। ਇਹ ਕਿੰਨੇ ਦਿਨ ਤੁਹਾਨੂੰ ਟਾਈਮ ਦਿੱਤਾ ਜੀ ਜਦੋਂ ਉਹਨਾਂ ਨੇ ਕਿਹਾ ਕਿ ਤੁਹਾਡੀ ਸੇਵਾ ਮੁਕਤ ਹੋ ਗਈ? ਤੁਸੀਂ ਕਿੰਨਾ ਟਾਈਮ ਆ ਤੁਹਾਡੇ ਕੋਲ? ਜੂਨ 20 ਤੋਂ ਲੈ ਕਰਕੇ ਜੂਨ 30 ਤੱਕ 10 ਦਿਨ ਦਾ ਸਮਾਂ ਸੀਗਾ। ਠੀਕ ਹੈ ਜੀ। ਹਾਂਜੀ, ਮੈਂ ਉਹਨਾਂ ਨੂੰ ਇਹੀ ਬੇਨਤੀ ਕੀਤੀ ਸੋਢੀ ਸਾਹਿਬ ਨੂੰ ਕਿ ਦੇਖੋ ਵੀ 10 ਦਿਨ ਆ,
ਵੀ ਜੇ ਮੈਂ ਅੱਗੇ ਕਿਤੇ ਸੇਵਾ ਵਾਸਤੇ ਵੀ ਕਿਸੇ ਨੂੰ ਕਹਿਣਾ ਵਾ ਤੇ ਇਹ ਨਹੀਂ ਹੁੰਦਾ ਕਿ ਅੱਗੇ ਵੀ 10 ਦਿਨਾਂ ਦੇ ਵਿੱਚ ਸਾਡੀ ਕੋਈ ਅੱਗੇ ਹੋ ਜਾਵੇ ਹਨ। ਵੀ ਜੇ ਅਸੀਂ ਨੋਰਮਲ ਵੀ ਕਿਸੇ ਨੂੰ ਸੇਵਾ ਮੁਕਤ ਵਾਸਤੇ ਕਹਿਣਾ ਵੀ ਆ ਤੇ ਤਕਰੀਬਨ ਸਾਨੂੰ 2-2.5 ਮਹੀਨੇ ਦਾ ਸਮਾਂ ਜਿਹੜਾ ਹੈ ਉਹ ਦੇਣਾ ਵੀ ਪੈਂਦਾ। ਚਲੋ ਜ਼ਿਆਦਾ ਨਹੀਂ ਤਾਂ 1.5 ਮਹੀਨਾ ਖੰਡ ਦੇਣਾ ਚਾਹੀਦਾ। ਠੀਕ ਹੈ ਗੱਲ ਤੁਹਾਡੀ। ਇਸ ਕਰਕੇ ਮੈਂ ਉਹਨਾਂ ਨੂੰ ਇਹੀ ਬੇਨਤੀ ਕੀਤੀ ਸੀ ਕਿ ਮੈਨੂੰ ਤੁਸੀਂ ਜੁਲਾਈ ਤੱਕ ਦਾ ਸਮਾਂ ਦੇਵੋ, ਜੁਲਾਈ ਤੱਕ ਮੈਂ ਆਪਦਾ ਅੱਗੇ ਵੀ ਜੋ ਇੰਤਜ਼ਾਮ ਹੈ ਉਹ ਕਰ ਲਵਾਂਗਾ ਤੇ ਉਸ ਤੋਂ ਬਾਅਦ ਮੈਂ ਇੱਥੋਂ ਮਤਲਬ ਅੱਗੇ ਸੇਵਾ ਸੰਭਾਲ ਲਵਾਂਗਾ। ਅੱਜ 20 ਜੂਨ ਨੂੰ ਮੈਨੂੰ 20 ਜੂਨ ਆ ਨਾ, ਤੇ ਉਹਦੇ ਵਿੱਚ ਤੁਹਾਨੂੰ ਕੁਛ ਸੰਗਤਾਂ ਨੂੰ ਪਤਾ ਲੱਗ ਗਿਆ ਸੀ ਇਹ ਗੱਲ ਦਾ ਕਿ ਤੁਸੀਂ ਸੇਵਾ ਮੁਕਤ ਹੋ ਰਹੇ? ਨਹੀਂ, ਪਹਿਲਾਂ ਕਿਸੇ ਨੂੰ ਨਹੀਂ ਸੀ ਪਤਾ ਤੇ ਨਾ ਹੀ ਮੈਂ ਕਿਸੇ ਨੂੰ ਦੱਸਿਆ ਸੀਗਾ, ਕਿਉਂਕਿ ਅਕਸਰ ਹੀ ਜਿੱਦਾਂ ਗ੍ਰੰਥੀ ਸਿੰਘ ਦਾ ਜਾਂ ਕਹਿ ਲਓ ਜਾਂ ਜੋ ਵੀ ਸੇਵਾ ਨਿਯੁਕਤ ਹੁੰਦੇ ਆ ਉਹਨਾਂ ਦਾ ਪ੍ਰੇਮ ਅਕਸਰ ਹੀ ਸੰਗਤਾਂ ਨਾਲ ਹੁੰਦਾ ਜੀ। ਤੇ ਮੇਰੇ ਮਨ ਦੇ ਵਿੱਚ ਇਹ ਸੀਗਾ ਕਿ ਸੰਗਤਾਂ ਨੂੰ ਮੈਂ ਕੀ ਦੱਸਾਂਗਾ, ਕਿਵੇਂ ਸਮਝਾਵਾਂਗਾ। ਆਪਣਾ ਵੀ ਵਿਚਾਰ ਸੀਗਾ ਵੀ ਕੋਈ ਨਹੀਂ, ਆਪਾਂ ਜਿਵੇਂ ਪ੍ਰੇਮ ਸਹਿਤ ਇੱਥੇ ਸੇਵਾ ਨਿਭਾਈ ਹੈ ਉਵੇਂ ਹੀ ਪ੍ਰੇਮ ਸਹਿਤ ਸਤਿਕਾਰ ਸਹਿਤ ਇੱਥੋਂ ਅਸੀਂ ਸੇਵਾ ਸਮਾਪਤ ਕਰਕੇ ਚਲੇ ਜਾਂਦੇ। ਜਿੱਦਾਂ ਗ੍ਰੰਥੀ ਸਿੰਘ ਜਾਂਦੇ ਆ ਸੋਹਣੇ ਤਰੀਕੇ ਨਾਲ ਸਰੋਪੋ ਦੇ ਕੇ ਉਹਨਾਂ ਦੀ ਜਿਹੜੀ ਚੜ੍ਹਦੀ ਕਲਾ ਦੇ ਨਾਲ ਜਕਾਰੇ ਛੱਡ ਕੇ ਜਿਹੜਾ ਗ੍ਰੰਥੀ ਜਿਹੜਾ ਗ੍ਰੰਥੀ ਸਿੰਘ ਨੂੰ, ਕਿਉਂਕਿ ਇਹਦਾ ਮਤਲਬ ਇਹ ਹੁੰਦਾ ਜੀ ਕਿਉਂਕਿ ਤੁਸੀਂ ਅੱਜ ਇੱਥੇ ਸੇਵਾ ਕਰਨੀ ਕੱਲ ਹੋਰ ਕਿਤੇ ਕਰਨੀ, ਕਿਉਂਕਿ ਸਾਡਾ ਜੀਵਨ ਜਿਹੜਾ ਗ੍ਰੰਥੀ ਸਿੰਘਾਂ ਦਾ ਗੁਰੂ ਘਰਾਂ ਦੇ ਵਿੱਚ ਹੀ ਚੱਲਦਾ ਹੈ ਨਾ ਜੀ। ਕਿਉਂਕਿ ਜੇ ਅਸੀਂ ਇੱਥੋਂ ਸਤਿਕਾਰ ਦੇ ਨਾਲ ਜਾਵਾਂਗੇ ਤਾਂ ਸਾਨੂੰ ਅਗਲਾ ਗੁਰਦੁਆਰਾ ਸਾਹਿਬ ਉਸੇ ਵੇਲੇ ਸਟੇਜ ਮਿਲ ਜਾਂਦੀ ਹੈ ਨਾ ਜੀ। ਫਿਰ ਤੁਸੀਂ ਐਤਵਾਰੇ ਜਦੋਂ ਆਉਂਦੇ ਹੋ ਸਟੇਜ ਤੇ ਤੁਸੀਂ ਸੰਗਤ ਨੂੰ ਸੰਬੋਧਨ ਕਰਦੇ ਹੋ ਫਿਰ? ਹਾਂਜੀ, ਉਹ ਇਦਾਂ ਵਾ ਵੀ ਮੈਂ ਜਦੋਂ ਇਹਨਾਂ ਨੂੰ ਬੇਨਤੀ ਕੀਤੀ ਸੀਗੀ ਕਿ ਮੈਨੂੰ 1 ਮਹੀਨੇ ਦਾ ਸਮਾਂ ਚਾਹੀਦਾ, ਉਦੋਂ ਸੋਢੀ ਸਾਹਿਬ ਉਹਨਾਂ ਨੇ ਕਿਹਾ ਵੀ ਕੋਈ ਨਹੀਂ, ਅਸੀਂ ਉਹਨਾਂ ਨੂੰ ਬੇਨਤੀ ਕਰਦੇ ਹਾਂ ਤੇ ਤੁਹਾਨੂੰ 1 ਮਹੀਨੇ ਦਾ ਸਮਾਂ ਜਿਹੜਾ ਉਹ ਅਸੀਂ ਦਵਾ ਦੇਵਾਂਗੇ। ਪਰ ਉਸ ਤੋਂ ਅਗਲੇ ਐਤਵਾਰ ਜਦੋਂ 24-25 ਜੂਨ ਨੂੰ ਐਤਵਾਰ ਆਇਆ ਤਾਂ ਮੈਨੂੰ ਭਾਈ ਸਤਵਿੰਦਰ ਸਿੰਘ ਜੀ ਉਹਨਾਂ ਨੇ ਸ਼ਾਮ ਨੂੰ ਸਾਰੀ ਸਮਾਪਤੀ ਤੋਂ ਬਾਅਦ ਬਾਹਰ ਬੁਲਾਇਆ ਤੇ ਉਹਨਾਂ ਨੇ ਆਖਿਆ ਕਿ ਤੁਹਾਨੂੰ ਮੈਸੇਜ ਤੇ ਮਿਲ ਗਿਆ ਹੋਣਾ ਜੋ ਅਸੀਂ ਤੁਹਾਨੂੰ ਸੁਨੇਹਾ ਦਿੱਤਾ। ਮੈਂ ਕਿਹਾ ਹਾਂਜੀ ਭਾਈ ਸਾਹਿਬ ਜੀ, ਮੈਨੂੰ ਤੁਹਾਡਾ ਮੈਸੇਜ ਮਿਲ ਗਿਆ ਤੇ ਮੈਂ ਇੱਕ ਬੇਨਤੀ ਕੀਤੀ ਸੀ ਕਿ ਮੈਨੂੰ 1 ਮਹੀਨੇ ਦਾ ਸਮਾਂ ਤੁਸੀਂ ਦੇ ਦਿਵੋ ਤਾਂ ਜੋ ਮੈਂ ਆਪਦਾ ਅੱਗੇ ਸੇਵਾ ਦਾ ਇੰਤਜ਼ਾਮ ਜਿਹੜਾ ਸੀ ਉਹ ਕਰ ਸਕਾਂ। ਠੀਕ ਹੈ ਜੀ, ਮਤਲਬ ਤੁਸੀਂ ਉਹਨਾਂ ਨੂੰ ਕਹਿ ਦਿੱਤਾ ਸੀ ਪਰ ਉਹ ਗੱਲ ਮੰਨੀ ਨਹੀਂ ਗਈ, ਹੈ ਨਾ ਜੀ? ਹਾਂਜੀ, ਉਹਨਾਂ ਨੇ ਆਖਿਆ ਸੀਗਾ ਕਿ ਨਹੀਂ, ਅਸੀਂ ਤੁਹਾਨੂੰ ਹੋਰ ਸਮਾਂ ਨਹੀਂ ਦੇ ਸਕਦੇ, ਜਿਹੜੇ ਤੁਹਾਡੇ ਕੋਲ 2-4 ਦਿਨ ਹੋਰ ਰਹਿੰਦੇ ਆ ਅਗਲੇ ਐਤਵਾਰ ਤੱਕ, ਤੁਸੀਂ ਆਪਦਾ ਇੰਤਜ਼ਾਮ ਕਰ ਲਓ, ਅਸੀਂ ਤੁਹਾਨੂੰ ਸੇਵਾ ਮੁਕਤ ਕਰ ਦਿੱਤਾ। ਉਸ ਤੋਂ ਬਾਅਦ ਜਦੋਂ ਤੁਸੀਂ ਫਿਰ ਐਤਵਾਰ ਦੀ ਗੱਲ ਆਉਂਦੀ ਜਿੱਥੋਂ ਸ਼ੁਰੂਆਤ ਹੁੰਦੀ ਆ, ਐਤਵਾਰੇ ਤੁਸੀਂ ਸਟੇਜ ਤੇ ਫਿਰ ਤੁਸੀਂ ਸੇਵਾ ਮੁਕਤ ਹੋਣ ਦੀ ਗੱਲ ਸੰਗਤਾਂ ਨੂੰ ਦੱਸਦੇ ਹੋ, ਉਸ ਤੋਂ ਬਾਅਦ ਕੀ ਰਿਐਕਟ ਹੋਇਆ ਅੱਗੇ ਸੰਗਤਾਂ ਨੇ ਕੀ ਗੱਲ ਕੀਤੀ? ਹਾਂਜੀ, ਐਤਵਾਰ ਤੋਂ ਪਹਿਲੇ ਸ਼ਨੀਵਾਰ ਇੱਥੇ ਭਾਈ ਸਾਹਿਬ ਭਾਈ ਸਤਵਿੰਦਰ ਸਿੰਘ ਹੋਣਾ ਦਾ ਪਰਿਵਾਰਕ ਸਹਿਜ ਪਾਠ ਦਾ ਭੋਗ ਪਿਆ ਸੀ। ਉੱਥੇ ਹੋਰ ਪਤਵੰਤੇ ਸੱਜਣ ਸਾਰੇ ਸੋਢੀ ਸਾਹਿਬ ਹੋਣੀ ਨੇ ਬੁਲਾਰੇ ਤੋਂ ਹੋਰ ਵੀ ਬਰੇਸ਼ੀਆ ਤੋਂ ਸੰਗਤ ਜਿਹੜੀ ਸੀ ਉਹਨਾਂ ਦੇ ਪਤਵੰਤੇ ਸੱਜਣ ਕਮੇਟੀ ਮੈਂਬਰਸ ਜਿਹੜੇ ਉਹਨਾਂ ਦੇ ਆਏ ਹੋਏ ਸੀ। ਤਾਂ ਇਹਨਾਂ ਨੇ ਸਾਰਿਆਂ ਦੇ ਵਿੱਚ ਮੈਨੂੰ ਬਿਠਾ ਕੇ ਭਾਈ ਸਤਵਿੰਦਰ ਸਿੰਘ ਜੀ ਉਹਨਾਂ ਨੇ ਇੱਕ ਗੱਲ ਆਖੀ ਸੀ ਕਿ ਮੈਨੂੰ 1-2 ਫੋਨ ਸੰਗਤ ਦੇ ਵਿੱਚੋਂ ਆਏ ਆ ਵੀ ਤੁਸੀਂ ਗ੍ਰੰਥੀ ਸਿੰਘ ਨੂੰ ਸੇਵਾ ਮੁਕਤ ਕਰ ਰਹੇ ਹੋ ਤੇ ਅਸੀਂ ਨਹੀਂ ਚਾਹੁੰਦੇ ਕਿ ਇੱਥੇ ਕੋਈ ਕਿਸੇ ਵੀ ਤਰ੍ਹਾਂ ਦਾ ਵਿਵਾਦ ਹੋਵੇ, ਤੁਸੀਂ ਅੱਜ ਹੀ ਇੱਥੋਂ ਸੋਢੀ ਸਾਹਿਬ ਉਹਨਾਂ ਨਾਲ ਚਲੇ ਜਾਓ ਸ਼ਨੀਵਾਰ ਸ਼ਾਮ ਨੂੰ। ਹਾਂਜੀ, ਸ਼ਨੀਵਾਰ ਸ਼ਾਮ ਨੂੰ ਮੈਂ ਭਾਈ ਸਾਹਿਬ ਉਹਨਾਂ ਨੂੰ ਬੜੇ ਸਤਿਕਾਰ ਸਹਿਤ ਸਾਰੇ ਪਤਵੰਤੇ ਸੱਜਣਾਂ 'ਚ ਬੇਨਤੀ ਕੀਤੀ। ਮੈਂ ਭਾਈ ਸਾਹਿਬ ਜੀ ਵੀ ਵੇਖੋ ਵੀ ਤੁਸੀਂ ਜਦੋਂ ਮੈਨੂੰ ਲੈ ਕੇ ਆਏ ਸੀਗੇ ਤੇ ਸਾਰੀ ਸੰਗਤ 'ਚ ਐਤਵਾਰ ਤੁਸੀਂ ਸੰਬੋਧਨ ਕਰਕੇ ਆਖਿਆ ਸੀ ਕਿ ਗਿਆਨੀ ਜੀ ਸਾਡੇ ਇੱਥੇ ਸਹਾਇਕ ਗ੍ਰੰਥੀ ਸਿੰਘ ਦੀ ਸੇਵਾ ਅੱਜ ਤੋਂ ਨਿਭਾ ਰਹੇ ਨੇ। ਮੈਂ ਕਿਹਾ ਸਾਰੀ ਸੰਗਤ ਨੂੰ ਪਤਾ ਆ ਕਿ ਮੈਂ ਇੱਥੇ ਸੇਵਾ ਨਿਯੁਕਤ ਹਾਂ, ਹੁਣ ਮੈਂ ਬਿਨਾਂ ਕਿਸੇ ਨੂੰ ਕੁਝ ਦੱਸੇ ਇੱਥੋਂ ਚਲਾ ਜਾਵਾਂਗਾ, ਕੱਲ ਨੂੰ ਕੋਈ ਵੀ ਮੇਰੇ ਜੀਵਨ ਤੇ ਕੋਈ ਵੀ ਉਂਗਲ ਚੁੱਕ ਸਕਦਾ, ਕੋਈ ਵੀ ਇਲਜ਼ਾਮ ਲਾ ਸਕਦਾ, ਕੋਈ ਵੀ ਇਲਜ਼ਾਮ ਲਾ ਸਕਦਾ ਵੀ ਕਿਉਂ ਗਿਆਨੀ ਜੀ ਇੱਥੋਂ ਚਲੇ ਗਏ, ਇਹੋ ਜਿਹਾ ਕਿਹੜਾ ਕਾਰਨ ਸੀ। ਫਿਰ ਜਿੰਨੇ ਜਿਹੜਾ ਕਾਰਨ ਦੱਸਤਾ ਸੰਗਤ ਨੇ ਤੇ ਫਿਰ ਉਹੀ ਮੰਨ ਲੈਣਾ ਨਾ ਵੀ ਹੋ ਸਕਦਾ ਇਹੀ ਕਾਰਨ ਹੋਵੇ। ਬਾਬਾ ਜੀ ਨਾਲ ਹੀ ਇੱਕ ਬੇਨਤੀ ਤੁਹਾਨੂੰ ਇਹ ਵਿੱਚ ਗੱਲ ਕਰੀਏ ਵੀ ਜਿੱਦਾਂ 7 ਮਹੀਨੇ ਤੁਹਾਡੇ ਨਾਲ ਇਹਨਾਂ ਨੇ ਸੇਵਾ ਕੀਤੀ, ਤੁਹਾਨੂੰ ਇਹਨਾਂ ਦੀ ਕੋਈ ਸੇਵਾ ਦੇ ਵਿੱਚ ਕਟਾਈ ਨਜ਼ਰ ਆਈ ਹੋਵੇ? ਮੇਰੇ ਜਦੋਂ ਇਹ ਭਾਈ ਸਾਹਿਬ ਆਏ ਆ, ਜਦੋਂ ਤੋਂ ਅਸੀਂ ਇਕੱਠੇ ਸੇਵਾ ਕਰਨ ਲੱਗੇ ਆ, ਸਾਨੂੰ ਐਂ ਲੱਗਦਾ ਸੀ ਵੀ ਜਿੱਦਾਂ ਬੜੇ ਪੁਰਾਣੇ ਸਮੇਂ ਤੋਂ ਅਸੀਂ ਇਕੱਠੇ ਇੱਕ ਪਰਿਵਾਰ ਦੀ ਤਰ੍ਹਾਂ ਰਹਿ ਕੇ ਅਸੀਂ ਸੇਵਾ ਕਰ ਰਹੇ ਹੋਈਏ, ਔਰ ਚੜ੍ਹਦੀ ਕਲਾ ਵਾਲਾ ਜੀਵਨ ਨਿਤਨੇਮ ਮਹਾਰਾਜ ਦੀ ਕਿਰਪਾ ਦੇ ਨਾਲ, ਤੇ ਮੈਨੂੰ ਵੀ ਸਗੋਂ ਇਹਦੇ ਨਾਲ ਹੋਰ ਉਤਸ਼ਾਹ ਜਿਹੜਾ ਪ੍ਰੇਮ ਨਾਲ ਸੇਵਾ, ਕਿਉਂਕਿ ਇਹ ਗੱਲ ਸਾਨੂੰ ਤੁਹਾਡੇ ਕੋਈ ਜ਼ਿਆਦਾ ਪਤਾ ਲੱਗਣੀ, ਕਿਉਂਕਿ ਕਮੇਟੀ ਦੇ ਵੀਰ ਵੀ ਹੋ ਸਕਦਾ ਕਿ ਹਫ਼ਤੇ ਵਿੱਚ ਕੁਛ ਟਾਈਮ ਇੱਥੇ ਆਉਣ ਤੇ ਸੰਗਤ ਤੇ ਬਿਲਕੁਲ ਐਤਵਾਰੇ ਆਉਣੀ, ਕਿਉਂਕਿ ਜ਼ਿਆਦਾ ਤਾਂ ਸਾਨੂੰ ਤੁਹਾਡੇ ਕੋਲ ਪਤਾ ਲੱਗਣਾ ਕਿ ਸਿੰਘ ਬਾਰੇ ਵੀ ਇਹ ਵਧੀਆ ਤਰੀਕੇ ਨਾਲ ਸੇਵਾ ਕਰਦੇ। ਦਰਅਸਲ ਨਾ ਜਦੋਂ ਪਹਿਲਾਂ ਨਵੇਂ ਨਵੇਂ ਆਏ ਆ ਤੇ ਜਦੋਂ ਮੈਂ ਕਈ ਵਾਰੀ ਮਨ ਚ ਆਉਂਦਾ ਆ ਵੀ ਜਦੋਂ ਕੋਈ ਜਿਹਨੂੰ ਆਪਾਂ ਕਦੇ ਮਿਲੇ ਨਹੀਂ ਹੁੰਦੇ ਹਨਾ, ਤੇ ਮੇਰਾ ਵੀ ਮੈਨੂੰ ਇਸ ਤਰ੍ਹਾਂ ਲੱਗਾ ਵੀ ਜਿਸ ਸ਼ਖਸ ਨੂੰ ਆਪਾਂ ਜਾਣਦੇ ਨਹੀਂ ਆ, ਮੇਰੀ ਫੈਮਿਲੀ ਵੀ ਇੱਥੇ ਰਹਿੰਦੀ ਆ ਨਾ, ਤੇ ਪਤਾ ਨਹੀਂ ਕਿਸ ਤਰ੍ਹਾਂ ਦੇ ਵਿਚਾਰ ਹੋਣੇ ਆ, ਕਿਸ ਤਰ੍ਹਾਂ ਦਾ ਆਚਰਣ ਹੋਣਾ, ਕੀ ਹਿਸਾਬ ਕਿਤਾਬ ਹੋਣਾ, ਪਰ ਜਦੋਂ ਇਹਨਾਂ ਦੇ ਨਾਲ ਰਿਹਾ, ਬੈਠੇ ਉੱਠੇ ਇਕੱਠੇ ਸੇਵਾ ਕਰਦੇ ਰਹੇ ਆ, ਫਿਰ ਅੱਜ ਇਸ ਤਰ੍ਹਾਂ ਮਾਹੌਲ ਬਣ ਗਿਆ ਵਾ ਵੀ ਜਿਸ ਤਰ੍ਹਾਂ ਸਕੇ ਭਰਾਵਾਂ ਨੂੰ ਵੀ ਵੱਧ ਹੋ ਗਿਆ ਜੀ। ਹਾਂ ਵੀ ਵਧੀਆ, ਜਦੋਂ ਜਦੋਂ ਡਿਊਟੀ ਵਧੀਆ
कि मैनूं संगत दे विच सन्मान साहित तुसीं सरो पाओ पाओ ते मैं इत्थों चले जावांगा, होर मेरी कोई बेनती नहीं हैगी। ये शनिवार उस दिन फिर यह शनिवार की गल है, फिर ऐतवार आ गया जी। फिर ऐतवार तुसीं संगत नूं दस्सिया कि सानूं अज साडा लास्ट दिन इत्थे है ना जी, उहदे विच फिर की हुंदा? हाँ जी, उहदे विच फिर इवें कि जिवें ज्ञानी जी उन्हां ने अरदास कीती ते दास हुकमनामा साहब लैके संगत नूं संबोधन कीता कि भाई साहब होनी बड़े सत्कार साथ मैनूं इत्थे लैके आए सीगे। गुरु महाराज ने 6-7 महीने बहुत ही चढ़दी कला नाल मेरे को इस स्थान ते सेवा लई आ ते मैं आप संगत ने मैनूं बहुत प्रेम किया आ। मैं आप साहब संगत का बहुत बहुत धन्यवादी हाँ, गुरु महाराज का धन्यवादी हाँ। अज तो प्रबंधक कमेटी साहबाना ने मैनूं कहा आ कि तुहाडी सेवा जिहड़ी है समाप्त आ, ते मैं आप साहब संगत दे विच ये बेनती करनी चाहुंदा एक कि इत्थे संगत दे भी बहुत सारे शरीर जिहड़े बैठे आ, मेरे सत्कारयोग बाबा सवरनजीत सिंह जी भी बैठे आ, प्रधान साहब कमेटी के मैंबर भी बैठे आ, भी ये 6-7 महीने सेवा दौरान जे मेरे कोलों कोई गलती कोई भुल चुक हो गई होवे ते तुसीं मैनूं माफ़ कर देना, मैनूं अपना छोटा भरा समझ के माफ़ कर दिओ, अपना पुत्तर समझ के माफ़ कर दिओ, भी मेरे औगण ना चितारिओ, भी मेरी जे कोई गलती कमी पेशी होवे ते मैनूं माफ़ी बख्शनी। सही है जी। उस तो बाद पता ला इत आप भी इतने सार संगत भी सारी इतने ही उस दिन, उस तो बाद संगत के बच्चे सवाल उठा कि इन्हों के गलो सेवा मुक्त कर लगे है ना जी, यही गल हुई? हाँ जी, उदो फिर जो इन्नी गल हुई तो मैं अपना जिदा संबोधन करके माइक साइड पर किया, तो संगत के बच्चों 3-4 शरीर जोड़े उठे, उन्होंने ये सवाल किया भाई साहब न सेवा मुक्त क्यों करना, ये पहला सवाल सेगा। ਤੇ ਫਿਰ ਜਿੱਦਾਂ ਪ੍ਰਬੰਧਕ ਕਮੇਟੀ ਇੱਥੇ ਸੀ ਹੈ ਨਾ ਜੀ, ਭਾਈ ਕੁਲਵਿੰਦਰ ਸਿੰਘ ਜੀ ਹੈ ਨਾ ਜੀ, ਫਿਰ ਉਹਨਾਂ ਨੇ ਜਵਾਬ ਦਿੱਤਾ ਕੋਈ ਇਹ ਗੱਲ ਤਾਂ ਸੰਗਤਾਂ ਨੂੰ? ਹਾਂਜੀ, ਉਹਨਾਂ ਨੇ ਜਦੋਂ ਸਵਾਲ ਕੀਤਾ ਸੀ, ਕਿਉਂਕਿ ਸਵਾਲ ਕਮੇਟੀ ਨੂੰ ਸੀਗਾ ਕਿ ਭਾਈ ਸਾਹਿਬ ਨੂੰ ਸੇਵਾ ਮੁਕਤ ਕਿਉਂ ਕਰਨਾ, ਫਿਰ ਭਾਈ ਸਾਹਿਬ ਜੀ ਹੁਣੇ ਸਾਹਮਣੇ ਮਾਈਕ 'ਤੇ ਆਏ, ਉਹਨਾਂ ਨੇ ਆਖਿਆ ਕਿ ਇਹ ਸਾਡੀ ਕਮੇਟੀ ਦਾ ਨਿੱਜੀ ਫੈਸਲਾ ਆ, ਅਸੀਂ ਸੰਗਤ ਨੂੰ ਇਹ ਇਸ ਦੇ ਬਾਰੇ ਕੋਈ ਸਪਸ਼ਟੀਕਰਨ ਨਹੀਂ ਦੇਣਾ। ਅਤੇ ਜਦੋਂ ਇੰਨੀ ਗੱਲ ਉਹਨਾਂ ਨੇ ਆਖੀ, ਸੰਗਤ ਦੇ ਵਿੱਚੋਂ ਥੋੜ੍ਹਾ ਜਿਹਾ ਹੋਰ ਰੋਸ ਵੱਧ ਗਿਆ ਵੀ ਸਾਨੂੰ ਰੀਜ਼ਨ ਤਾਂ ਪਤਾ ਲੱਗੇ, ਕਾਰਨ ਤਾਂ ਪਤਾ ਲੱਗੇ ਵੀ ਗਿਆਨੀ ਜੀ ਉਹਨਾਂ ਨੂੰ ਸੇਵਾ ਮੁਕਤ ਕਿਉਂ ਕਰਨਾ। ਸਵਾਲ ਤਾਂ ਬਹੁਤ ਛੋਟਾ ਜਿਹਾ ਸੀਗਾ, ਜੋ ਤੁਸੀਂ ਮੇਰੀ ਸੇਵਾ 'ਚ ਕੁਤਾਈ ਵੇਖੀ ਆ ਜਾਂ ਕੋਈ ਕਮੀ ਵੇਖੀ ਜਿਸ ਕਰਕੇ ਤੁਸੀਂ ਮੈਨੂੰ ਸੇਵਾ ਮੁਕਤ ਕਰਨਾ, ਉਹ ਤੁਸੀਂ ਸੰਗਤ ਦੇ ਵਿੱਚ ਰੱਖ ਦੇਵੋ, ਗੱਲ ਤਾਂ ਬਹੁਤ ਛੋਟੀ ਜਿਹੀ ਸੀਗੀ। ਪਰ ਉੱਥੇ ਫਿਰ ਇਹਨਾਂ ਨੇ ਮਤਲਬ ਸੰਗਤ ਨੂੰ ਇੱਕ ਹਿਸਾਬ ਦਾ ਜਿੱਦਾਂ ਡਰਾਉਣ ਦੀ ਕੋਸ਼ਿਸ਼ ਕੀਤੀ ਵੀ ਤੁਸੀਂ ਇਸ ਮਾਮਲੇ ਦੇ ਵਿੱਚ ਨਾ ਪਵੋ, ਵੀ ਇਹ ਤੁਹਾਡਾ ਇਹਦੇ ਵਿੱਚ ਬੋਲਣ ਦਾ ਕੁਛ ਨਹੀਂ ਬਣਦਾ, ਇਹ ਸਾਡੀ ਕਮੇਟੀ ਦਾ ਨਿੱਜੀ ਫੈਸਲਾ ਵਾ ਅਤੇ ਅਸੀਂ ਆਪਣਾ ਫੈਸਲਾ ਕਰ ਚੁੱਕੇ ਹਾਂ। ਪਰ ਜਦੋਂ ਸੰਗਤ ਨੇ ਜ਼ੋਰ ਪਾਇਆ ਤਾਂ ਫਿਰ ਭਾਈ ਕੁਲਵਿੰਦਰ ਸਿੰਘ ਜੀ ਉਹਨਾਂ ਨੇ ਮੈਨੂੰ ਮਾਈਕ ਫੜਾ ਕੇ ਕਿਹਾ ਕਿ ਤੁਸੀਂ ਆਪ ਹੀ ਦੱਸ ਦਿਓ ਜੋ ਤੁਹਾਡੇ ਨਾਲ ਗੱਲ ਹੋਈ ਸੀ। ਉਹਦੇ ਵਿੱਚ ਮੈਂ ਦੱਸਿਆ ਕਿ ਹਾਂ ਵੀ ਮੈਨੂੰ ਸੋਢੀ ਸਾਹਿਬ ਉਹਨਾਂ ਨੇ 10 ਦਿਨ ਪਹਿਲੇ ਫੋਨ ਕਰਕੇ ਕਿਹਾ ਸੀਗਾ ਕਿ ਤੁਹਾਨੂੰ ਇਹਨਾਂ ਨੇ ਸੇਵਾ ਮੁਕਤ ਕਰਨਾ, ਅਤੇ ਉਹਦੇ ਵਿੱਚ ਰੀਜ਼ਨ ਇਹਨਾਂ ਨੇ ਇਹ ਦਿੱਤਾ ਸੀਗਾ ਕਿ ਤੁਹਾਡੀ ਪ੍ਰਬੰਧਕ ਕਮੇਟੀ ਦੇ ਨਾਲ ਬਣਦੀ ਨਹੀਂ ਹੈਗੀ, ਵੀ ਉਹ ਕਹਿੰਦੇ ਵੀ ਸਾਡੀ ਸਿੰਘ ਦੇ ਨਾਲ ਨਹੀਂ ਬਣਦੀ, ਇਸ ਕਰਕੇ ਅਸੀਂ ਇਹਨੂੰ ਹੋਰ ਇੱਥੇ ਅਸਥਾਨ 'ਤੇ ਸੇਵਾ ਨਹੀਂ ਦੇ ਸਕਦੇ, ਤੁਸੀਂ ਆਪਣੇ ਸਿੰਘ ਨੂੰ ਜਵਾਬ ਦੇ ਦਿਓ। ਇਹ ਰੀਜ਼ਨ ਜਿਹੜਾ ਸੀਗਾ ਫਿਰ ਮੈਂ ਸੰਗਤ ਦੇ ਸਾਹਮਣੇ ਰੱਖਿਆ। ਅਸਲੀ ਰੀਜ਼ਨ ਦੱਸੋ ਫਿਰ ਗੱਲ ਕੀ ਹੋਈ? ਅਸਲੀ ਰੀਜ਼ਨ ਇਹ ਆ ਕਿ ਜਦੋਂ ਫਿਰ ਸੰਗਤ ਨੇ ਫੋਰਸ ਕੀਤਾ ਵੀ ਸਾਨੂੰ ਰੀਜ਼ਨ ਦੱਸੋ, ਅਸੀਂ ਬਿਨਾਂ ਰੀਜ਼ਨ ਜਾਣੇ ਗਿਆਨੀ ਜੀ ਉਹਨਾਂ ਨੂੰ ਇੱਥੋਂ ਸੇਵਾ ਮੁਕਤ ਨਹੀਂ ਆਉਣ ਦੇਣਾ, ਅਤੇ ਫਿਰ ਉਹਨਾਂ ਨੇ ਭਾਈ ਕੁਲਵਿੰਦਰ ਸਿੰਘ ਜੀ ਉਹਨਾਂ ਨੇ ਮਾਈਕ 'ਤੇ ਗੁਰੂ ਮਹਾਰਾਜ ਦੀ ਹਜ਼ੂਰੀ 'ਚ ਅਤੇ ਸਾਰੀ ਸੰਗਤ ਨੂੰ ਸੰਬੋਧਨ ਹੋ ਕਰਕੇ ਇਹ ਗੱਲ ਆਖੀ ਸੀ ਕਿ ਸਾਡੇ ਕੋਲੋਂ ਗਿਆਨੀ ਜੀ ਉਹਨਾਂ ਦੀ ਇੱਦਾਂ ਦੀ ਵੀਡੀਓ ਆ ਜਿਹੜੀ ਅਸੀਂ ਭੈਣਾਂ ਅਤੇ ਬੱਚਿਆਂ ਦੇ ਵਿੱਚ ਵਿਖਾ ਨਹੀਂ ਸਕਦੇ, ਜਿਸ ਕਰਕੇ ਅਸੀਂ ਇਹਨਾਂ ਨੂੰ ਸੇਵਾ ਮੁਕਤ ਕਰਨਾ। ਅੱਛਾ ਜੀ, ਮਤਲਬ ਇਹ ਜੀ ਗੱਲ ਹੋਈ ਹੈ ਵੀ ਇਹ ਜਿਹੜੀ ਇੱਕ ਕੋਈ ਵੀਡੀਓ ਇਹੋ ਜਿਹੀ ਆ ਗਈ ਹੈ ਕਿ ਅਸੀਂ ਗੁਰਦੁਆਰਾ ਸਾਹਿਬ ਜਾਂ ਇੱਥੇ ਦਿਖਾ ਨਹੀਂ ਸਕਦੇ? ਹਾਂਜੀ ਬਿਲਕੁਲ, ਉਹ ਮਤਲਬ ਕਿ ਮੇਰੇ ਜੀਵਨ ਦੇ ਉੱਪਰ ਇੱਕ ਉਂਗਲ ਚੁੱਕੀ ਸੀ ਉਹਨਾਂ ਨੇ ਵੀ ਇਹਦੀ ਸਾਡੇ ਕੋਲ ਆਪਾਂ ਅਸਲੀਲ ਹੀ ਕਹਿ ਸਕਦੇ ਜਿਹੜੀ ਬੱਚੇ ਦੇ ਬੀਬੀਆਂ 'ਚ ਨਹੀਂ ਵੇਖਣਾ। ਕਿਉਂਕਿ ਜੇ 27 ਸਾਲ ਦੀ ਉਮਰ ਦਾ ਤਜਾਜੁਜ਼ ਕਰੀਏ ਤਾਂ ਉਹਦੇ ਹਿਸਾਬ ਨਾਲ, ਕਿਉਂਕਿ ਤੁਸੀਂ ਅਜੇ ਲੰਮੀ ਜ਼ਿੰਦਗੀ ਆ, ਤੁਸੀਂ ਇਹੋ ਹੀ ਜ਼ਿੰਦਗੀ ਦੇ ਵਿੱਚ ਚੱਲਣਾ, ਅਜੇ ਗੁਰਦੁਆਰਿਆਂ 'ਚ ਸਾਹਿਬਾਂ 'ਚ ਕਥਾ ਹੀ ਕਰਨੀ ਜਾਂ ਆਪਾਂ ਸੇਵਾ ਹੀ ਕਰਨੀ, ਹੋ ਸਕਦਾ ਗ੍ਰੰਥੀ ਸਿੰਘ ਮੇਨ 'ਤੇ ਸੇਵਾ ਕਰੀਏ, ਤੁਹਾਡਾ ਇਹ ਸੀ ਕਿ ਕਲੀਅਰ ਹੋਵੇ ਗੱਲ ਨੂੰ? ਇਹੋ ਗੱਲ ਵੇਖੋ ਜੀ, ਜੇ ਅਸੀਂ ਅੱਗੇ ਵੀ ਜਾਂਦੇ ਹਾਂ ਤਾਂ ਜੇ ਇੱਕ ਵਾਰ ਆਪਣੇ ਜੀਵਨ 'ਚ ਉਂਗਲ ਚੁਕੋ ਜਾਵੇ, ਚਿੱਟੇ ਕੱਪੜੇ 'ਤੇ ਦਾਗ ਲੱਗ ਜਾਵੇ, ਉਹ ਹਮੇਸ਼ਾ ਲੱਗਿਆ ਹੀ ਰਹਿੰਦਾ ਹੈ, ਖਾਸ ਕਰਕੇ ਗ੍ਰੰਥੀ ਵਾਲੇ ਸਿੰਘਾਂ ਦੇ। ਬਿਲਕੁਲ ਜੀ। ਹੁਣ ਜੇ ਮੈਂ ਕੱਲ੍ਹ ਨੂੰ ਸਟੇਜ 'ਤੇ ਕਿਤੇ ਹੋਰ ਜਗ੍ਹਾ ਜਾ ਕਰਕੇ ਵੀ ਸੰਗਤ ਨੂੰ ਸੰਬੋਧਨ ਕਰਦਾ ਤਾਂ ਮੈਂ ਕਿਸੇ ਨੂੰ ਕੀ ਉਪਦੇਸ਼ ਦੇ ਦੇਣਾ ਜਦੋਂ ਮੇਰੇ ਆਪਣੇ ਜੀਵਨ 'ਚ ਹੀ ਉਂਗਲਾਂ ਚੁੱਕੀਆਂ ਹੋਈਆਂ? ਇਹ ਗੱਲ ਬਿਲਕੁਲ ਠੀਕ ਹੈ ਜੀ, ਕਿਉਂਕਿ ਜਦੋਂ ਤੁਸੀਂ ਕੱਲ੍ਹ ਨੂੰ ਕਿਸੇ ਗੁਰਦੁਆਰਾ ਸਾਹਿਬ ਹੋਰ ਸਟੇਜ 'ਤੇ ਜਾਣਾ, ਬਹਿ ਜੀ ਜਾਂਦੇ ਕਿਤੇ ਵੀ ਜਾਂਦੇ ਹੋ, ਮੰਨ ਲਓ ਕੋਈ ਦੇਸ਼ 'ਚ ਵੀ ਜਾਂਦੇ ਹੋ, ਉਹ ਪਹਿਲਾਂ ਇੱਕ ਵਾਰੀ ਪੁੱਛਦੇ ਜ਼ਰੂਰ ਤੁਸੀਂ ਕਿੱਥੋਂ ਆਏ ਤਾਂ ਤੁਹਾਨੂੰ ਜਾਣ ਦਾ ਕੀ ਕਾਰਨ ਤੁਹਾਡਾ ਉੱਥੋਂ ਆਉਣ ਦਾ, ਹੈ ਨਾ ਜੀ? ਇਹ ਗੱਲ ਤੁਹਾਡੀ ਸਹੀ ਹੈ ਜੀ। ਬਿਲਕੁਲ ਜੀ। ਹੁਣ ਜਿਵੇਂ ਵੇਖ ਲਓ ਆਪਾਂ ਆਪਣੀ ਵਿਦਿਆਲਿਆ 'ਚੋਂ ਆਏ ਸੀਗੇ, ਜਦੋਂ ਸੰਥਿਆ ਸਾਡੀ ਸੰਪੂਰਨ ਹੋਈ ਤਾਂ ਮਹਾਂਪੁਰਖਾਂ ਨੇ ਸਾਡੇ ਜਥੇ ਨੂੰ ਬਿਠਾ ਕੇ ਇੱਕ ਗੱਲ ਆਖੀ ਸੀ ਕਿ ਤੁਸੀਂ ਸਟੇਜਾਂ 'ਤੇ ਵਿਚਰਨਾ ਆ, ਤੁਸੀਂ ਸੰਗਤ ਨੂੰ ਸੰਬੋਧਨ ਕਰਨਾ ਆ, ਗੁਰਸਿੱਖੀ ਉਹਨਾਂ ਦੇ ਵਿੱਚ ਪ੍ਰਚਾਰਨੀ ਆ, ਅਤੇ ਇੱਕ ਗੱਲ ਯਾਦ ਰੱਖਿਓ
कि सचो उरै सब को उपर सच आचार। जे तुहाडा अपना जीवन सचा सुचा नहीं होया ते तुहाडी कही गल किसे ते असर नहीं करेगी। इस करके तुहाडा अपना जीवन जिहड़ा है ये उच्चा सुचा होना चाहिए। क्योंकि बाबा जी जदों ये गल संगत आई होनी जदों स्टेज पर बोली गई होनी है भी इन्हें कोई वीडियो है ना जी कोई दी तो उदों तो फिर बहुत ज़्यादा इतने संगता दे हाँ जी बिल्कुल जी इतने बहुत विवादित माहौल हो गया क्योंकि जेडे प्रेम वाले गुरसिख जिन्हें जेडे निजी तौर पर भी मैं जानते सी क्योंकि बाबा जी उस दिन आप सारी संगत जी इतने दी ना सारे गुरुद्वारा साहब के बेची काफ़ी संगत आप भी बेची है ना जी असं चाहते हाँ कि जी ता जो ग्रंथी सिंह क्योंकि ग्रंथी सिंह बहुत अही कहने हर गल जी पहुंचे संगतों तक क्योंकि ये ना हो जो वीडियो पहुंचे सच भी पहुंचे कि तेरे की गल हुई। हाँ जी जो फिर उन्होंने वीडियो का जिक्र किया तो संगत के विवाद होना नॉर्मल जी गल सी तो संगत ने जो ये अगों जवाब इन्हों तो मंगया भी सानू वो वीडियो पेश करो जिदे बाबा जी तुम आखते हो कि वह मतलब जो अश्लील वीडियो है वह संगत के सामने लियाओ तो इन्होंने उत्थे संगत को संबोधन करके कहा कि असी संगत को वह वीडियो नहीं विखा सकते वह वीडियो वेखने योग नहीं हैगी तो जो इन्नी गल कही उ फिर नॉर्मल जिदा भी संगत का ज़्यादा रोस जोड़ा सी वध्या बार बार कमेटी मैंबर न भाई प्र कुलविंदर सिंह प्रधान जी उन्होंने कमेटी ने फोर्स किया भी सानू वह वीडियो विखाओ जे वह वीडियो के बाबा जी दोषी पाए जाएंगे जा नहीं पाए जाएंगे ये निर्णय जोड़ा है ये संगत करेगी तुम वह वीडियो जी है वह साढ़े तक जरूर पहुँचाओ। ठीक है जी इस वो ये स्टेज दी गल जी। हाँ जी ठीक है जी उस तो बाद फिर जो इन्होंने वेख्या भी संगत जी है ये भी रोस बहुत आ तो इन्होंने आख्या कि ठीक है जे संगत चाहती है कि असी वो वीडियो संगत के सामने लैके आईए तो सानू 7 दिन का समा दिता जाए अगले हफ्ते ऐतवार वो वीडियो जी है वह असी संगत को विखावे। ठीक है जी उस ऐतवार कहता कि अगले ऐतवार असी दस देंगे उस तो बाद फिर बाबा जी अगे फिर गल की होंगी। हाँ जी फिर उन्होंने जो 7 दिन का समा मंग लिया तो संगत ने आख्या कि जो तक ये स्पष्टीकरण नहीं होंगे उदों तक बाबा जी जड़े ने इतने इस तरह सेवा निभागे तो अगले हफ्ते जो वीडियो जी है साढ़े तक पहुंचेगी तो फिर संगत निर्णय करेगी कि तुहानू इतों सेवा मुक्त करना है कि नहीं करना। एक हफ्ता देता जी एक हफ्ते का समा तो फिर हफ्ता के बाद फिर ते चलते हफ्ते कोई गलबात नहीं हुई ते चलते हफ्ते के जदों हुण इन्होंने वीडियो का तो जिक्र करता सी चलो मैनू पता गुरु महाराज की कृपा ना साड़ी एहो जी कोई वीडियो तो नहीं सीगी आपां निरभय हो करके बिना किसी शंके तो इस अस्थान से सेवा निभानी शुरू कर दी। जदों एक दो दिन होए तो इन्होंने विचारिया भी सिंह ने तो कोई रिएक्शन नहीं किया वीडियो से कई बार होंगे ना साढ़े मन च भी असं वैसे ही कोई शुरली छड़ दे दी है भी जे ये जीवन च कोई कमी कोई ढिल होगी तो आपे डर के चल जाऊ डर के चला जाऊगा तो जो इन्होंने वेख्या भी सिंह ने तो कोई रिएक्शन नहीं किया फिर इन्होंने मैनू इधरों उधरों कुछ पतवंते सज्जनों तो फोन करवाने शुरू किए उन्होंने पहले मैं इस तरीके आखन की कोशिश की भी जे तू इतों चला जाएगा तो चंगी गल है इतने की स्टेज पर तेरी जानी है ये तो श्योर आ ये ना होवे तेरिया इटली दिया बाकी स्टेजा भी तेरे को खुस जान इस करके जे तो तू भलाई चाहना तो इतों चला जा। अच्छा इतों तक दिया गल्लां होईयां जी ये तो अजे कुछ नहीं चलो जेड़े भी पतवंते सज्जन ही उन्होंने जो मैंने इन्नी गल की मैं उन्होंने एक प्यार सहित बेनती की मैं क्या भी भाई साहब जी ठीक है कोई गल नहीं ये मेरी इतों स्टेज बंद करवा देंगे इटलियां दिया स्टेजा भी बंद करवा देंगे पर जो गुरु नानक साहब जी ने मस्तक ते लेख लिख दिते आ वो तो नहीं ना मिटा सकते भी जो मेरे कर्मा च लिखिया वा जो गुरु साहब जी ने मेरे मस्तक ते लेख पाते आ वो मैनू मिल ही जाने आ मैं अपने जीवन च सच्चा आ जदों तक मेरी सच्चाई प्रूफ नहीं हो जाती उदों तक मैं इतों नहीं जा सकता ये मैनू संगत का भी हुक्म आ ते संगत गुरु रूप आ मेरे वास्ते। वधिया गल क्योंकि ये गल्लां तां होंदियां जदे अपने आप च कॉन्फिडेंस होवे अपने आप च बंदे नूं पता होंदा कि आपां चढ़दी कला दे विच ये फेर ही गल्लां होंदियां जी क्योंकि तुहानूं अपने एक तो ਤੁਹਾਡੇ ਨਾਲ ਜਿਹੜੇ ਸੇਵਾਦਾਰ ਆ ਨਾ ਗ੍ਰੰਥੀ ਸਿੰਘ ਤੁਸੀਂ ਦੋਨੇ ਸਿੰਘ ਉਹ ਚੜ੍ਹਦੀ ਕਲਾ ਦੇ ਵਿੱਚ ਕਿਉਂਕਿ ਇਹਨਾਂ ਨੇ ਤੁਹਾਡੇ ਨਾਲ 7 ਮਹੀਨੇ ਕੱਟੇ ਜੇ ਕੋਈ ਗੱਲ ਹੁੰਦੀ ਤਾਂ ਇਹਨਾਂ ਨੇ ਵੀ ਭਾਈ ਸਾਹਿਬ ਹੋਣਾ ਨੇ ਕਹਿੰਦੇ ਕਿਉਂ ਭਾਈ ਸਾਹਿਬ ਜੀ ਕਿਉਂਕਿ ਤੁਹਾਡੇ ਨਾਲ 7 ਮਹੀਨੇ ਥੋੜ੍ਹੇ ਨਹੀਂ ਹੁੰਦੇ ਕਿਸੇ ਨੂੰ ਜਾਣਨ ਲਈ ਇੱਕ ਦਿਨ 'ਚ ਬੰਦੇ ਨੂੰ ਅਸੀਂ ਪਲ 'ਚ ਪਛਾਣ ਲੈਂਦੇ ਕਿਉਂ ਬਿਲਕੁਲ ਜੀ ਜਿੱਦਾਂ ਇਹ ਮੇਰੇ ਨਾਲ ਰਹਿੰਦੇ ਸੀਗੇ ਅਤੇ ਅਸੀਂ ਦਰਬਾਰ ਦੀ ਜਿਹੜੀ ਸੇਵਾ ਹੈ ਨਾ ਜਿਸ ਤਰ੍ਹਾਂ ਅਸੀਂ ਸਾਨੂੰ ਸੰਸਥਾ ਦੇ ਵਿੱਚ ਦੱਸਿਆ ਗਿਆ ਗੁਰੂ ਮਹਾਰਾਜ ਦਾ ਸਤਿਕਾਰ ਜਿਹੜੇ ਨਿਤਨੇਮ ਲਾਈਵ ਜਿਹੜਾ ਪਿਛਲੇ 6 ਮਹੀਨੇ ਦਾ ਰਿਕਾਰਡ ਹੈ 6 ਮਹੀਨੇ ਤੋਂ ਜਦੋਂ ਦਾ ਇਹ ਆਏ ਆ ਫੇਸਬੁੱਕ ਤੇ ਸਾਡਾ ਪੇਜ ਬਣਿਆ ਹੋਇਆ ਆ ਉੱਥੇ ਨਿਤਨੇਮ ਰੋਜ਼ ਹਰ ਰੋਜ਼ ਲਾਈਵ ਹੁੰਦਾ ਸਵੇਰ ਦਾ ਵੀ ਤੇ ਸ਼ਾਮ ਦਾ ਵੀ ਨਿਤਨੇਮ ਉਸੇ ਟਾਈਮ ਹੁੰਦਾ ਤੁਸੀਂ 6 ਮਹੀਨੇ ਦਾ ਰਿਕਾਰਡ ਜਿਹੜਾ ਉਹ ਚੈੱਕ ਕਰ ਸਕਦੇ ਆ 1 ਮਿੰਟ ਦਾ ਵੀ ਉੱਤੇ ਥੱਲੇ ਨਹੀਂ ਹੁੰਦਾ ਠੀਕ ਕਿਉਂਕਿ ਸੇਵਾ ਤੇ ਗੱਲ ਆਈ ਸੀ ਜੀ ਉੱਥੇ
ਜਿਹੜੇ ਕਹਿੰਦੇ ਵੀ ਸੇਵਾ ਦੇ ਵਿੱਚ ਮਤਲਬ ਕਮੀ ਪੇਸ਼ੀ ਆ ਉਹ ਆਪਣਾ ਜਿਹੜੇ ਨਿਤਨੇਮ ਦੇ ਵਿੱਚ ਢਲਿਆਈ ਆ ਜਾਂ ਉਹ ਤੁਸੀਂ ਜਿਹੜਾ ਪੇਚ ਸਾਡਾ ਗੁਰੂ ਘਰ ਦਾ ਗੁਰਦੁਆਰਾ ਸਾਹਿਬ ਦਾ ਬਣਿਆ ਹੋਇਆ 6 ਮਹੀਨੇ ਤੋਂ ਜਦੋਂ ਦੇ ਗਿਆਨੀ ਜੀ ਇੱਥੇ ਆ ਉਦੋਂ ਤੋਂ ਹੀ ਲਾਈਵ ਚੱਲਦਾ ਰਹਿ ਰਸ ਵੀ ਪੰਜਾਂ ਬਾਣੀਆਂ ਦਾ ਸਵੇਰੇ ਨਿਤਨੇਮ ਵੀ ਚੱਲਦਾ ਅਸਟਾ ਇੱਕ ਦਿਨ ਸੁਖਮਣੀ ਸਾਹਿਬ ਜੀ ਦਾ ਪਾਠ ਵੀ ਨਿਰੰਤਰ ਚੱਲ ਰਿਹਾ ਵਾ ਅਤੇ ਦੂਸਰੀ ਗੱਲ ਇਹ ਆ ਵੀ ਜਿਹੜੀ ਦਰਬਾਰ ਦੀ ਸੇਵਾ ਹੁੰਦੀ ਆ ਉਹ ਗ੍ਰੰਥੀਆਂ ਸਿੰਘਾਂ ਨੇ ਦੇਖਣੀ ਹੁੰਦੀ ਆ ਵੀ ਦਰਬਾਰ ਸਾਹਿਬ ਦੇ ਵਿੱਚ ਅਸੀਂ ਕਿਹੜਾ ਪੀੜਾ ਸਾਹਿਬ ਲਾਉਣਾ ਆ ਕਿਹੜਾ ਚੰਦੂਆ ਸਾਹਿਬ ਲਾਉਣਾ ਹੈ ਕਿਹੜੇ ਰੰਗ ਦਾ ਲਾਉਣਾ ਆ ਅਤੇ ਕਦੋਂ ਲਾਉਣਾ ਹੈ ਚਲੋ ਇਹ ਤਾਂ ਬਿਲਕੁਲ ਗੱਲ ਜੀ ਇਹ ਤਾਂ ਗ੍ਰੰਥੀ ਸਿੰਘਾਂ ਤੋਂ ਬਗੈਰ ਕੋਈ ਕਰ ਨਹੀਂ ਸਕਦਾ ਪਰ ਇਹ ਮਹਾਰਾਜ ਨੇ ਸਾਨੂੰ ਚਲੋ ਜਿੰਨੀ ਕੁ ਸੋਝੀ ਬਖਸ਼ੀ ਹੈ ਅਸੀਂ ਸਮੇਂ ਸਮੇਂ ਅਨੁਸਾਰ ਜਦੋਂ ਸਾਨੂੰ ਪਤਾ ਹੈ ਵੀ ਹਫ਼ਤੇ ਬਾਅਦ ਜਾਂ 10-15 ਦਿਨ ਬਾਅਦ ਅਸੀਂ ਚੰਦੂਆ ਸਾਹਿਬ ਵੀ ਬਦਲ ਦਿੰਦੇ ਹਾਂ ਪੀੜਾ ਸਾਹਿਬ ਸਾਰੀ ਵਿਛਾਈ ਜਿਹੜੀ ਆ ਉਹ ਕਰ ਦਿੰਦੇ ਹਾਂ ਕਦੀ ਅਸੀਂ ਕਮੇਟੀ ਨੂੰ ਜਿਹੜਾ ਵਾ ਇਸ ਬਾਰੇ ਅਸੀਂ ਨਹੀਂ ਪੁੱਛਿਆ ਵੀ ਅੱਜ ਅਸੀਂ ਚੰਦੂਆ ਸਾਹਿਬ ਬਦਲਣਾ ਆ ਅਤੇ ਕਿਹੜਾ ਚੰਦੂਆ ਸਾਹਿਬ ਲਾਉਣਾ ਆ ਕਿਹੜਾ ਪੀੜਾ ਸਾਹਿਬ ਲਾਉਣਾ ਅਤੇ ਕਿਹੜੇ ਰੰਗ ਦਾ ਲਾਉਣਾ ਅਤੇ ਕਈ ਵਾਰੀ ਇਹ ਵੀ ਸਾਨੂੰ ਵੇਖਣ ਦੇ ਵਿੱਚ ਆਇਆ ਵੀ ਤੁਸੀਂ ਸਾਨੂੰ ਪੁੱਛਦੇ ਗਿੱਛਦੇ ਨਹੀਂ ਆ ਜੀ ਆਪਣੀ ਮਰਜ਼ੀ ਤੁਸੀਂ ਕਰਦੇ ਆ ਕਿਉਂਕਿ ਇਹ ਭਾਈ ਸਾਹਿਬ ਜਿਹੜੀ ਕਮੇਟੀ ਦਾ ਕੰਮ ਹੈ ਉਹ ਆਪਣਾ ਕੰਮ ਕਰ ਰਹੀ ਹੈ ਬੜੇ ਸੁਚੱਜੇ ਢੰਗ ਨਾਲ ਕਰ ਰਹੀ ਆ ਪਰਚੀਆਂ ਕੱਟਦੇ ਆ ਉੱਤੇ ਸਟੇਜ ਸਾਹਮਣੇ ਸਾਨੂੰ ਕੋਈ ਦਿੱਕਤ ਨਹੀਂ ਹੈਗੀ ਪਰ ਜੋ ਸਾਡੀ ਗ੍ਰੰਥੀ ਸਿੰਘਾਂ ਦੀ ਸੇਵਾ ਦਰਬਾਰ ਦੀ ਹੈ ਉਹ ਤੇ ਗ੍ਰੰਥੀ ਸਿੰਘਾਂ ਨੇ ਵੇਖਣੀ ਹੁੰਦੀ ਆ ਭਾਵੇਂ ਕਿਤੇ ਵੀ ਕਮੇਟੀ ਹੋਵੇ ਜੀ ਕੋਈ ਭਾਵੇਂ ਵਰਲਡ 'ਚ ਕਿਤੇ ਵੀ ਗੁਰੂ ਘਰ ਦੇ ਕਮੇਟੀ ਉਹਨਾਂ ਦਾ ਤਾਂ ਸਿਰਫ ਪ੍ਰਬੰਧ ਤਾਂ ਹੁੰਦਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਲਾਗੇ ਦੀ ਸੇਵਾ ਤਾਂ ਗ੍ਰੰਥੀ ਸਿੰਘ ਨੂੰ ਪਤਾ ਹੁੰਦਾ ਬਿਲਕੁਲ ਜੀ ਗੁਰੂ ਗ੍ਰੰਥ ਸਾਹਿਬ ਦੇ ਮਹਾਰਾਜ ਦੇ ਸਤਿਕਾਰ ਦੇ ਵਿੱਚ ਕੋਈ ਕਮੀ ਪੇਸ਼ੀ ਆ ਜਾਂ ਕਿਤੇ ਸੰਗਤ ਨੂੰ ਲੱਗੀ ਆ ਜਾਂ ਕਿਤੇ ਕਮੇਟੀ ਨੂੰ ਲੱਗੀ ਉਹ ਸਾਨੂੰ ਦੱਸ ਸਕਦੇ ਆ ਇਹ ਕਿਤੇ ਨਾ ਕਿਤੇ ਇਹ ਵੀ ਸਾਡੇ ਮਨ ਦੇ ਵਿੱਚ ਸਾਨੂੰ ਮਤਲਬ ਸੁਣਨ ਨੂੰ ਮਿਲਿਆ ਆ ਵੀ ਇਹ ਗ੍ਰੰਥੀ ਸਿੰਘ ਜਿਹੜੇ ਆਪਣੀ ਮਨ ਮਰਜ਼ੀ ਕਰਦੇ ਆ ਸਾਨੂੰ ਪੁੱਛਦੇ ਗਿੱਛਦੇ ਨਹੀਂ ਹੈਗੇ ਇਸ ਤਰ੍ਹਾਂ ਦੀਆਂ ਗੱਲਾਂ ਵੀ ਜਿਹੜਾ ਵਾ ਉਹ ਮਤਲਬ ਇਹ ਮੁੱਦਾ ਵਿੱਚ ਜਿਹੜਾ ਵਾ ਉਹ ਖੜਾ ਹੋ ਰਿਹਾ ਵਾ ਇਹ ਤਾਂ ਜਦੋਂ ਵਿਵਾਦ ਬਣਦਾ ਜੀ ਬਹੁਤ ਗੱਲਾਂ ਹੋ ਜਾਂਦੀਆਂ ਬਾਬਾ ਜੀ ਫਿਰ ਅੱਗੇ ਆਪਾਂ ਨੇ ਗੱਲ ਰਹਿੰਦੀ ਆ ਵੀ ਅਸੀਂ ਐਂਡ ਤੱਕ ਜਾਣਾ ਕਿਉਂਕਿ ਸੰਗਤਾਂ ਸਾਹਮਣੇ ਅਸੀਂ ਇਹ ਗੱਲ ਸਾਹਮਣੇ ਲਿਆ ਕੇ ਛੱਡਣੀ ਆ ਕਿ ਬਾਅਦ ਦੇ ਵਿੱਚ ਫਿਰ ਕੀ ਹੁੰਦਾ ਜਿਹੜੀ ਤੁਹਾਡੀ ਗੱਲ ਵਿੱਚ ਰਹਿ ਗਈ ਹਾਂਜੀ ਜਦੋਂ ਇਹਨਾਂ ਨੇ ਮਤਲਬ ਇਹ ਮੈਨੂੰ ਥੋੜੇ ਡਰਾਵੇ ਦੇਣ ਦੀ ਕੋਸ਼ਿਸ਼ ਕੀਤੀ ਵੀ ਤੇਰੀਆਂ ਸਟੇਜਾਂ ਖੁੱਸ ਜਾਣਗੀਆਂ ਚਲੋ ਜਦੋਂ ਇਹਨਾਂ ਨੂੰ ਲੱਗਿਆ ਵੀ ਨਹੀਂ ਇਹ ਇੱਥੇ ਵੀ ਨਹੀਂ ਮੰਨਦਾ ਤੇ ਇਹਨਾਂ ਨੇ ਮੈਨੂੰ ਫੋਨ ਇਸ ਤਰੀਕੇ ਨਾਲ ਦਬਾਉਣ ਦੀ ਕੋਸ਼ਿਸ਼ ਕੀਤੀ ਵੀ ਤੂੰ ਇੱਥੇ ਅਨਲੀਗਲ ਆ ਤੇਰੇ ਕੋਲੋਂ ਇਸ ਕੰਟਰੀ ਦੇ ਡਾਕੂਮੈਂਟ ਨਹੀਂ ਆ ਪੇਪਰ ਨਹੀਂ ਹੈਗੇ ਇਹ ਤੈਨੂੰ ਪੁਲਿਸ ਤੋਂ ਵੀ ਫੜਾ ਸਕਦੇ ਆ ਪਰ ਇਹਨਾਂ ਨੂੰ ਪਹਿਲਾਂ ਨਹੀਂ ਪਤਾ ਸੀ ਪੇਪਰਾਂ ਦਾ ਵੇਖੋ ਜੀ ਜਦੋਂ ਮੈਨੂੰ ਇਹ ਲੈ ਕੇ ਆਏ ਸੀ ਨਾ ਉਦੋਂ ਗੱਡੀ ਦੇ ਵਿੱਚ ਮੈਂ ਇਹਨਾਂ ਦੇ ਪਿਛਲੀ ਸੀਟ ਤੇ ਬੈਠਾ ਸੀ ਨਾਲ ਇਹਨਾਂ ਦੇ ਭਾਈ ਮਾਨ ਸਿੰਘ ਜੀ ਬੈਠੇ ਸੀ ਇਹ ਦੋ ਸਿੰਘ ਮੈਨੂੰ ਲੈ ਕੇ ਆਏ ਸੀ ਭਾਈ ਸਤਵਿੰਦਰ ਸਿੰਘ ਜੀ ਤੇ ਭਾਈ ਮਾਨ ਸਿੰਘ ਜੀ ਨੋਵੇਲਾਰੇ ਤੋਂ ਮੈਂ ਪਿਛਲੀ ਸਟੇਜ ਤੇ ਪਿਛਲੀ ਸੀਟ ਤੇ ਬੈਠਾ ਸੀ ਇਹਨਾਂ ਦੇ ਤੇ ਮੈਂ ਮੈਨੂੰ ਸੋਢੀ ਸਾਹਿਬ ਨੇ ਦੱਸਤਾ ਸੀਗਾ ਕਿ ਮੇਰੀ ਇਹਨਾਂ ਨਾਲ ਸਾਰੀ ਗੱਲ ਹੋ ਗਈ ਆ ਪਰ ਫਿਰ ਵੀ ਮੈਂ ਜ਼ਰੂਰੀ ਸਮਝਿਆ ਇਹਨਾਂ ਨੂੰ ਦੱਸਣਾ ਮੈਂ ਕਿਹਾ ਵੀ ਭਾਈ ਸਾਹਿਬ ਜੀ ਤੁਹਾਡੀ ਸੋਢੀ ਸਾਹਿਬ ਨਾਲ ਗੱਲ ਹੋਈ ਹੋਣੀ ਆ ਵੀ ਮੇਰੇ ਪੇਪਰਾਂ ਦੇ ਬਾਰੇ ਉਹਨਾਂ ਨੇ ਕਿਹਾ ਹਾਂ ਸਾਡੀ ਸੋਢੀ ਸਾਹਿਬ ਨਾਲ ਸਾਰੀ ਗੱਲ ਹੋ ਗਈ ਆ ਤੇ ਵੀ ਸਾਨੂੰ ਪਤਾ ਵਾ ਵੀ ਤੇਰੇ ਕੋਲ ਪੇਪਰ ਨਹੀਂ ਆ ਕਿਉਂ ਬਾਬਾ ਜੀ ਇਹ ਤਾਂ ਗੱਲ ਕਲੀਅਰ ਹੋ ਗਈ ਕਿ ਤੁਸੀਂ ਇਹਨਾਂ ਨੂੰ ਪਹਿਲੇ ਹੀ ਦੱਸ ਦਿੱਤਾ ਸੀ ਜਿਸ ਦਿਨ ਪਹਿਲੇ ਦਿਨ ਤੁਸੀਂ ਗੱਡੀ ਜਾਏਗੇ ਵੀ ਸਾਡੇ ਕੋਲ ਪੇਪਰਾਂ ਦੀ ਗੱਲ ਤੁਹਾਨੂੰ ਦੱਸ ਦਿੱਤੀ ਉਹਨਾਂ ਨੇ ਸੋਢੀ ਸਾਹਿਬ ਨੇ ਤਾਂ ਤੁਸੀਂ ਉਹਨਾਂ ਨੇ ਕਿਹਾ ਜੀ ਸਾਨੂੰ ਪਤਾ ਇਹਦਾ ਮਤਲਬ ਇਹਦਾ ਗੱਲ ਕਲੀਅਰ ਹੋ ਗਈ ਕਿ ਪੇਪਰ ਤੁਹਾਡੇ ਕੋਲ ਉਹਨਾਂ ਨੂੰ ਪਤਾ ਹੀ ਹੈ ਨਹੀਂ ਗਿਆ ਨਾ ਤੇ ਪਰ ਇਹ ਗੱਲ 7 ਮਹੀਨਿਆਂ ਬਾਅਦ ਉੱਠੀ ਹੈ ਨਾ ਜੀ ਹਾਂਜੀ ਬਿਲਕੁਲ ਜਦੋਂ ਫਿਰ ਇਹਨਾਂ ਨੇ ਇਹ ਵਿਚਾਰਿਆ ਵੀ ਸਾਡੇ ਕੋਲ ਹੋਰ ਤੇ ਮੁੱਦਾ ਰਿਹਾ ਨਹੀਂ ਵੀਡੀਓ ਤੇ ਇਹਨਾਂ ਕੋਲ ਹੈ ਹੀ ਨਹੀਂ ਫਿਰ ਕਿਸੇ ਨਾ ਕਿਸੇ ਤਰੀਕੇ ਇਹਨਾਂ ਨੇ ਦਬਾਉਣ ਦੀ ਕੋਸ਼ਿਸ਼ ਕੀਤੀ ਵੀ ਇਹਨੂੰ ਪੇਪਰਾਂ ਦਾ ਡਰਾਵਾ ਦੇ ਦਈਏ ਜਦੋਂ ਇਹਨੂੰ ਪਤਾ ਲੱਗੂਗਾ ਕਿ ਮੇਰੇ ਕੋਲ ਪੇਪਰ ਹੈ ਨਹੀਂ ਉਹ ਤੇ ਇਹਨੂੰ ਪਤਾ ਪੇਪਰ ਹੈ ਨਹੀਂ ਆ ਫਿਰ ਜਦੋਂ ਇਹਨੂੰ ਪੁਲਿਸ ਦਾ ਡਰਾਵਾ ਦਵਾਂਗੇ ਵੀ ਤੈਨੂੰ ਪੁਲਿਸ ਫੜ ਵੀ ਸਕਦੀ ਆ ਉਹ ਜੇਲ੍ਹ 'ਚ ਵੀ ਦੇ ਸਕਦੀ ਆ ਉਹ ਤੈਨੂੰ ਡਿਪੋਰਟ ਵੀ ਕਰ ਸਕਦੀ ਆ ਇੱਥੋਂ ਤੱਕ ਵੀ ਗੱਲਾਂ ਨਹੀਂ ਆ ਵੀ ਤੈਨੂੰ ਡਿਪੋਰਟ ਕਰਵਾ ਦਾਂਗੇ ਜਦੋਂ ਉਹਨਾਂ ਨੇ ਕੋਸ਼ਿਸ਼ ਕੀਤੀ ਡਰਾਉਣ ਦੀ ਉਹਨਾਂ ਦੇ ਮਨ 'ਚ ਇਹ ਸੀਗਾ ਕਿ ਸਿੰਘ ਡਰ ਜਾਊਗਾ ਮੈਂ ਸੁਭਾਵਕ ਹੀ ਮੈਨੂੰ ਫੋਨ ਕਰਨ ਵਾਲੇ ਨੂੰ ਪੁੱਛਿਆ ਕਿ ਮੈਂ ਕਿਹਾ ਭਾਈ ਸਾਹਿਬ ਜੀ ਫਿਰ ਤੁਸੀਂ ਦੱਸੋ ਵੀ ਮੈਨੂੰ ਕੀ ਕਰਨਾ ਚਾਹੀਦਾ ਉਹਨਾਂ ਨੇ ਇਹ ਗੱਲ ਆਖੀ ਕਿ ਜੇ ਤੂੰ ਮੇਰੀ ਮੰਨੇ ਨਾ ਤੂੰ ਚੁੱਪ ਕਰਕੇ ਇੱਥੋਂ ਨਿਕਲ ਜਾ ਬਿਨਾਂ ਕਿਸੇ ਨੂੰ ਦੱਸੇ ਤੈਨੂੰ ਇੱਥੇ ਕਿਸੇ ਨੂੰ ਦੱਸਣ ਦੀ ਵੀ ਕੋਈ ਲੋੜ ਨਹੀਂ ਬਿਨਾਂ ਕਿਸੇ ਨੂੰ ਦੱਸੇ ਇੱਥੋਂ ਚਲਾ ਜਾ ਤੇ ਤੇਰੀ ਜਿਹੜੀ ਜ਼ਿੰਦਗੀ ਅਗਲੀ ਉਹ ਸੌਖੀ ਨਿਕਲ ਜੂਗੀ ਇੱਥੋਂ ਨਿਕਲੇਗਾ ਅੱਗੇ ਬੜਾ ਕੁਝ ਮਿਲ ਜੂਗਾ ਪਰ ਮੈਂ ਇਹ ਗੱਲ ਵਿਚਾਰੀ ਵੀ ਜੇ ਮੈਂ ਇੱਥੋਂ ਹੁਣ ਤਾਂ ਮੇਰੇ ਜੀਵਨ ਤੇ ਉਂਗਲ ਉੱਠੀ ਗਈ ਵੀ ਸਾਡੀ ਇਹ ਸਾਡੇ ਕੋਲ ਇਹਦੀ ਵੀਡੀਓ ਆ ਜੇ ਮੈਂ ਬਿਨਾਂ ਦੱਸੇ ਸੰਗਤ ਨੂੰ ਜਾਂ ਬਿਨਾਂ ਸਪਸ਼ਟੀਕਰਨ ਤੋਂ ਇੱਥੇ ਚਲਾ ਗਿਆ ਫਿਰ ਉਹ ਦਾਗ ਹਮੇਸ਼ਾ ਵਾਸਤੇ ਮੇਰੇ ਜੀਵਨ ਤੇ ਰਹਿ ਜਾਂਦਾ ਸੀ ਬਿਲਕੁਲ ਆਪਾਂ ਇਹ ਪਹਿਲਾਂ ਵੀ ਗੱਲ ਕੀਤੀ ਕਿ ਜੇ ਇਹ ਗੱਲ ਇੱਥੇ ਹੀ ਤੁਸੀਂ ਚੱਲ ਜਾਂਦੇ ਉਸ ਦਿਨ ਵੀ ਜਾਂ ਚੱਲਦੇ ਵੀਕ ਦੇ ਵਿੱਚ ਵੀ ਚੱਲ ਜਾਂਦੇ ਤਾਂ ਹੋ ਸਕਦਾ ਕਿ ਤੁਹਾਨੂੰ ਇਹਦਾ ਜਿਹੜਾ ਸਾਰੀ ਉਮਰ ਹੀ ਹੈ ਜਿਹੜਾ ਤੁਹਾਡੇ ਤੇ ਸਵਾਲ ਰਹਿਣਾ ਸੀ ਕਿ ਇੱਕ ਗ੍ਰੰਥੀ ਸਿੰਘ ਬਾਣਾ ਪਾਇਆ ਟਕਸਾਲੀ ਸਿੰਘ ਤੇ ਉਹ ਤੇ ਇੱਕ ਰੋਪ ਲੱਗਾ ਤਾਂ ਉਹ ਇੱਥੋਂ ਚੁੱਪ ਕਰੀਤੇ ਚੱਲ ਗਿਆ ਇਹਦਾ ਮਤਲਬ ਇਹ ਜਿਹੜਾ ਰੂਪ ਲੱਗਾ ਉਹ ਸਾਬਤ ਹੋ ਜਾਣਾ ਸੀ ਨਾ ਫਿਰ ਬਿਲਕੁਲ ਜੀ ਬਿਲਕੁਲ ਸਾਬਤ ਹੋ ਜਾਣਾ ਸੀ ਨਾ ਫਿਰ ਬਿਲਕੁਲ ਜੀ ਬਿਲਕੁਲ ਇਸੇ ਕਰਕੇ ਜਦੋਂ ਮੈਨੂੰ ਇਹਨਾਂ ਨੇ ਡਰਾਉਣ ਦੀਆਂ ਵੀ ਕੋਸ਼ਿਸ਼ ਕੀਤੀਆਂ ਬੜੇ ਤਰੀਕੇ ਨਾਲ
संगतां नूं, क्योंकि संगतां दे नाल जिहड़ा क्रांती सिंघां दा भी जिहड़ा तालमेल बहुत ज़्यादा हुंदा, उत्तों तुसीं कथा भी कर दिओ, इहदा मतलब संगतां ने तां तुहाडे नाल पूरा साथ दित्ता जी। वेखो जी, मैं संगत दा बहुत तह दिलों धन्नवादी हाँ जिहड़ियां संगतां ने इह सच दी आवाज़ च मेरा साथ दित्ता। ठीक है, बहुत मेहरबानी बाबा जी, क्योंकि आपां चाहुंदे हां कि इह इक पासा ना होवे, क्योंकि कमेटियां दा भी प्रबंध जरूरी हुंदा, उन्हां ने भी कई चीज़ां सोचणियां दसणियां, हो सकता उन्हां दे प्रबंध च फर्क पैंदा, पर कोई गल नहीं, सेवा मुक्त ग्रंथी हुंदे आए आ ते हुंदे रहने आ, किसी ने अज चल गए कोई गुरुद्वारे अगले च चल गए, बस गल ये सी कि गलत रोप ला के ना भेजोगे, गल यही है जी। वेखो जी, मैं नहीं कहता कि मैं बड़ा मतलब सही सेवा निभाउना वा, हाँ मेरे को बहुत गलतियां आईयां होणगियां, पर इदां दा आरोप लैके मैं इत्थों नहीं सी जाना चाहुंदा भी मेरे जीवन च उंगल उठे, ये सब तो वड्डी गल सी मेरे वास्ते, इस करके मैं इत्थे अड़िया सी। क्योंकि बाबा जी ये जी गल आ तीन क चार एतवार तो चलती रही है ना जी, लंबा समा चलती रही, उस तो बाद हुण आपां लास्ट एतवार ते आईए, फिर लास्ट एतवार फिर जिहड़ी तुहाडे ते ब्लेम लगा उन्होंने कोई इहदे बारे दस्सिया फिर कमेटी दे वीरां ने? हाँ जी, जदों सारे दीवान की समाप्ति हुई तो फिर संगत ने इन्हां नूं सवाल किया भी वह वीडियो साडे सामने रखी जाए जिहड़ी तुसीं आखिया सीगा कि इह सिंघ दी तुहाडे कोल हैगी आ, तां उत्थे भाई सतविंदर सिंह जी बाजवा इन्हां ने सारी संगत च संबोधन करके आख्या कि असीं ते पिछली बार कोई वीडियो की गल ही नहीं की, वीडियो का तो जिक्र ही नहीं आया, वीडियो की कोई गल ही नहीं हुई, उत्थे सारी संगत बड़ी हैरान हुई तो उठ के इन्हां नूं सवाल किया भी साढ़े सामने गुरु महाराज की हजूरी तुसीं ये गल आखी कि साडी कोलों सिंघ दी वीडियो आ, तो तुसीं हुण बिल्कुल ही मुकर गए अपनी गल तो, यह गल तुहाडे लई वाजिब नहीं, महाराज की हजूरी तुसीं ये गल कबूली सी कि साडे कोल वीडियो है आ ते सानूं वीडियो जिहड़ी आ उह पेश कीती जावे, पर इन्होंने आख्या कि साढ़े कोल वीडियो कोई नहीं, तो तुसीं साढ़े नाल कोई धक्का ना करो, असी कारा बनेरी पुलिस नूं फोन किया होया आ, जे तुसीं कुछ भी आखोगे तो असी पुलिस नूं बुलावांगे, इह सिंघ नूं चकवा देवांगे इत्थों, इस करके तुसीं कुछ ना बोलो। चलो जदों संगत ने अगों इन्हां नूं सवाल किए जवाब किए, फिर इन्हां ने उसे वेले पुलिस नूं फोन किया कि साढ़े इत्थे मेरियां फोटोआं इन्हां ने खिंचियां, फोटोआं खिंच के पुलिस नूं विखाइयां कि साढ़े इत्थे एक अनलीगल परसन रहिंदा आ, तुसीं इहनूं चुक के लै जाओ। पौड़ियां तक दरबार दियां पुलिस जिहड़ी ओह आ गई होई सी, पर संगत ने जा करके उन्हां नूं रोकिया कि असीं बाबा जी नूं नहीं जाण देना, इन्हां दा पूरा जोर लगा सी कि असीं किसी ना किसी तरीके नाल सिंघ नूं पुलिस तों फड़ा देईए, चका देईए। ठीक है जी, इहदा मतलब पुलिस तुहानूं चक्कण आ गई सी गुरुद्वारा साहिब दे विच? हां जी बिल्कुल, पुलिस चक्कण वास्ते आ गई सी, इहदे विच कोई शक नहीं, सारी संगत इस गल दी गवाही भरदी आ, उह संगत नूं फिर पुलिस ने ही इत्थे आउण तों रोकिया। वाहिगुरु, आपां सारियां गल्लां आपां नूं पता लगा, आपां कोशिश कीती है कि क्योंकि जे सारे जाणे अपना पक्ष रख सकदे तां साडा भी फर्ज बनदा कि अहीं ग्रंथी सिंघां दा भी पक्ष सुणीए, क्योंकि अहीं बहुत थावां ते देखदे कि ग्रंथी सिंघां दे नाल जिहड़ा उहनां दा पक्ष सुणिआ नहीं जांदा, आ हुण अहीं दो तिन्न वीडियो देखिआ जिहनां नूं ग्रंथी सिंघ नूं जिहड़ा उह सेवा मुक्त कर दित्ता, तां कोई घर भी है नहीं, है ना जी, अहीं बहुत वीडियो देखदे हां किसे ग्रंथ किसे पादरी दा अहीं कदी देखिआ नहीं कि उह घर तों बाहर पिआ होवे तां रोंदा होवे, ਕਿਸੇ ਅਸੀਂ ਪੰਡਿਤ ਦਾ ਮੰਦਰ ਦਾ ਜਿਹੜਾ ਸੇਵਾ ਕਰਦਾ ਉਹਦਾ ਨਹੀਂ ਅਸੀਂ ਕਦੀ ਦੇਖਿਆ ਕਿ ਉਹ ਬਾਹਰ ਰੋਂਦਾ ਹੋਵੇ, ਸਾਡੀ ਕੌਮ ਦੇ ਵਿੱਚ ਅਸੀਂ ਆਪਣੇ ਗ੍ਰੰਥੀ ਸਿੰਘਾਂ ਦਾ ਸਤਿਕਾਰ ਨਹੀਂ ਕਰਦੇ, ਇਹ 'ਚ ਕੋਈ ਸ਼ੱਕ ਨਹੀਂ, ਸਾਰੇ ਥਾਵਾਂ ਦਾ ਚਲੋ ਜਿਹੜੇ ਕਰਦੇ ਆ ਬਹੁਤ ਵਧੀਆ ਜੀ, ਮੁਬਾਰਕ ਆ ਉਹਨਾਂ ਨੂੰ, ਹੈ ਨਾ ਜੀ, ਅਤੇ ਕਾਫੀ ਹੱਦ ਤੱਕ ਅਸੀਂ ਸਤਿਕਾਰ ਨਹੀਂ ਕਰਦੇ। ਹੁਣ ਜਾਣ ਲੱਗੇ ਇੱਕ ਗੱਲ ਦੱਸੋ ਕਿ ਤੁਸੀਂ ਸੰਗਤਾਂ ਨੂੰ ਕੀ ਕਹਿਣਾ ਚਾਹੁੰਦੇ ਹੋ? ਹਾਂਜੀ, ਮੈਂ ਸਮੂਹ ਸਿੱਖ ਸੰਗਤ ਨੂੰ ਇੱਕ ਬੇਨਤੀ ਕਰਨਾ ਚਾਹੁੰਦਾ ਕਿ ਅਸੀਂ ਬਹੁਤ ਹੀ ਇਹ ਗੱਲ ਨੂੰ ਭਲੀ ਭਾਂਤ ਜਾਣੂ ਹਾਂ ਕਿ ਬੜੇ ਸਾਡੇ ਰਾਗੀ, ਪ੍ਰਚਾਰਕ, ਕਵੀਸ਼ਰੀ, ਕਥਾਵਾਚਕ ਗ੍ਰੰਥੀ ਸਿੰਘ, ਪਾਠੀ ਸਿੰਘ ਆਉਣ ਵਾਲੀ ਜਨਰੇਸ਼ਨ ਨੂੰ ਨਹੀਂ ਚਾਹੁੰਦੇ ਕਿ ਉਹ ਇਸ ਲਾਈਨ 'ਚ ਆਉਣ, ਉਸ ਦਾ ਮੇਨ ਕਾਰਨ ਮੈਨੂੰ ਲੱਗਦਾ ਇਹੀ ਆ। ਹਾਂਜੀ, ਮੈਂ ਸਮੂਹ ਸੰਗਤਾਂ ਨੂੰ ਇੱਕ ਅਪੀਲ ਕਰਨੀ ਚਾਹੁੰਦਾ ਹਾਂ ਕਿ ਬਹੁਤ ਹੀ ਧੰਨਵਾਦ ਉਹ ਸਾਰੀਆਂ ਸੰਗਤਾਂ ਦਾ ਜਿਨ੍ਹਾਂ ਨੇ ਪਿਛਲੇ ਵੀਕਾਂ 'ਚ ਮੇਰਾ ਸਾਥ ਦਿੱਤਾ, ਅਤੇ ਮੈਂ ਇਹੀ ਬੇਨਤੀ ਕਰਦਾ ਵਾਂ ਵੀ ਜਿੱਥੇ ਕਿੱਥੇ ਵੀ ਕਿਸੇ ਗ੍ਰੰਥੀ ਸਿੰਘ ਨਾਲ ਜਾਂ ਕਿਸੇ ਪ੍ਰਚਾਰਕ ਨਾਲ ਕਿਸੇ ਵੀ ਤਰੀਕਾ ਕਿਸੇ ਵੀ ਤਰ੍ਹਾਂ ਦੀ ਕੋਈ ਵਧੀਕੀ ਹੁੰਦੀ ਆ, ਉੱਥੇ ਸਮੂਹ ਸੰਗਤ ਦਾ ਫਰਜ਼ ਬਣਦਾ ਆ ਕਿ ਉਸ ਸਿੰਘ ਦੀ ਹਮਾਇਤ ਕਰਨੀ, ਉਸ ਸਿੰਘ ਦੇ ਨਾਲ ਖੜਨਾ। ਹਾਂਜੀ ਬਾਬਾ ਜੀ, ਬਹੁਤ ਬਹੁਤ ਧੰਨਵਾਦ, ਅਤੇ ਬਾਬਾ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ, ਕਿਉਂਕਿ ਅਸੀਂ ਚਾਹੁੰਦੇ ਸੀ ਕਿ ਕੋਸ਼ਿਸ਼ ਕਰੀਏ, ਕਿਉਂਕਿ ਅੱਜ ਤੱਕ ਗ੍ਰੰਥੀ ਸਿੰਘਾਂ ਦੀ ਜਿਹੜੇ ਕਰਦੇ ਆ ਆਪਾਂ ਅੱਜ ਵੀ ਕਹਿੰਦੇ ਹਾਂ ਬਹੁਤ ਵਧੀਆ, ਅਤੇ ਅਸੀਂ ਵੀ ਕੋਸ਼ਿਸ਼ ਕੀਤੀ ਸਿਰਫ ਤੋਂ ਸਿਰਫ ਸਾਡੀ ਗੱਲ ਗ੍ਰੰਥੀ ਸਿੰਘਾਂ ਦੇ ਸਤਿਕਾਰ ਤੱਕ ਦੀ ਆ, ਔਰ ਤੁਸੀਂ ਆਪਣੀ ਗੱਲ ਰੱਖੀ ਆ ਸੰਗਤਾਂ ਅੱਗੇ, ਕੋਸ਼ਿਸ਼ ਕਰਨਗੇ ਵਾਹਿਗੁਰੂ ਕਿਰਪਾ ਕਰੇ ਸਿੱਖ ਕੌਮ ਦੇ ਵਿੱਚ ਆਪਸ ਦੇ ਵਿੱਚ ਪਿਆਰ ਇਤਫਾਕ ਭਾਵਨਾ ਬਖਸ਼ੇ, ਅਤੇ ਨਾਲ ਇੱਕ ਗੱਲ ਹੋਰ ਆ, ਵਾਹਿਗੁਰੂ ਕਿਰਪਾ ਕਰੇ ਕਿ ਬਹੁਤ ਘੱਟ ਪਾਠੀ ਅਤੇ ਗ੍ਰੰਥੀ ਸਿੰਘ ਸਾਡੇ ਕੋਲ ਰਹਿ ਗਏ ਆ, ਕੋਈ ਬੱਚੇ ਸਿਖਾਉਣ ਨਹੀਂ, ਤਾਂ ਕੋਸ਼ਿਸ਼ ਕਰੀਏ ਸਾਰੀ ਸੰਗਤ, ਕਿਤੇ ਵੀ ਗ੍ਰੰਥੀ ਸਿੰਘਾਂ ਨੂੰ ਪ੍ਰੋਬਲਮ ਪੈਂਦੀ ਆ ਤਾਂ ਸਿੱਖ ਸੰਗਤ ਦਾ ਇੱਕ
पहले नंबर का यह जो काम होना चाहिए कि जो ग्रंथी सिंघा का साथ दे, क्योंकि मैं पहले भी दसिया कि होर धर्मां दे जे पादरी आ जां पंडित आ जां काजी जी आ सारिआं दा कितें अहीं बहुत घट वीडियो देखदे, साडे ग्रंथी सिंघां दा जिहड़ा खास करके साडे बहुत घरां दी भी माली हालत भी नहीं ठीक, उहनां दी आर्थिक तौर ते भी नहीं उह मजबूत, ते जे कितें कोई मजबूत आ तां उहनां नूं असीं कुछ इहो जिहे ब्लेम ला दिंदे आ कि जिहदे नाल आउण वाली पीढ़ी इस पासे नूं बहुत घट चलणी आ। ते उह वैसे आपां सारी कमेटी नूं सारे संगतां नूं इत्थे बेनती करदे आ कि आओ जरूर इह जिहड़ी गल जिहड़ी आपां समाप्त करिए कुछ तरीके दे नाल। साध संगत जी दा बहुत बहुत धन्नवाद जी, वाहिगुरू जी का खालसा वाहिगुरू जी की फतेह।